ਹੈਲੋ ਦੋਸਤੋ ਮੈਂ ਕੇ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਹਾਂਜੀ ਤਾਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ राधे राधे ਜੀ ਆਪਾਂ ਕਲਾਸ ਸਟਾਰਟ ਕਰਾਂਗੇ ਬਸ ਕਲਾਸ ਨੂੰ ਸ਼ੇਅਰ ਕਰ ਦਿਓ ਫਟਾਫਟ 1 ਮਿੰਟ ਠੀਕ ਹੈ ਜੀ ਸਪੋਰਟਸ ਚ ਓਪਨ ਦਾ ਮਤਲਬ ਦੱਸ ਦਿਓ ਓਏ ਮੈਂ ਦੇਖਿਆ ਹੀ ਨਹੀਂ ਓਪਨ ਦੇ ਮਤਲਬ ਵਾਲਾ ਖੁੱਲਾ ਪ੍ਰਦਰਸ਼ਨ ਮਤਲਬ ਓਪਨ ਟੂਰਨਾਮੈਂਟ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਚਾਹ ਪੀ ਲਓ ਤੁਸੀਂ ਉਹ ਵਾਦ ਦੀ ਚ ਕਹਿੰਦੇ ਆਪਾਂ ਚਾਹ ਪੀ ਲਓ ਥਮੇ ਵੀ ਤੁਸੀਂ ਚਾਹ ਪੀ ਲਓ ਠੀਕ ਹੈ ਭਾਈ ਕਰੀਏ ਸਟਾਰਟ ਹਾਂਜੀ ਤਾਂ ਜੋ ਵੀ ਨਿਊ ਸਟੂਡੈਂਟ ਹੈਗੇ ਆ ਵੀ ਚੈਨਲ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਈ ਠੀਕ ਹੈ ਡੇਲੀ 10 ਵਜੇ ਕਲਾਸ ਦਾ ਟਾਈਮ ਹੈ ਸਵੇਰੇ 10 ਵਜੇ ਤੇ ਇਸ ਤੋਂ ਪਹਿਲਾਂ ਸਵੇਰੇ 7 ਵਜੇ ਕਲਾਸ ਦਾ ਟਾਈਮ ਹੁੰਦਾ ਹੈ ਸਵੇਰੇ 7 ਵਜੇ ਆਪਾਂ ਡੇਲੀ ਦੇ ਕਰੰਟ ਅਫੇਅਰ ਡਿਸਕਸ ਕਰਦੇ ਆਂ 10 ਵਜੇ 2023 ਦੇ ਸਾਰੇ ਕਰੰਟ ਅਫੇਅਰ ਕਰ ਰਹੇ ਆਂ ਪਹਿਲਾਂ ਆਪਾਂ ਨੇ ਸਪੋਰਟਸ ਸ਼ੁਰੂ ਕਰਿਆ ਉਸ ਤੋਂ ਬਾਅਦ ਆਪਾਂ এনवायरमेंट ਤੇ ਹੋਰ ਬਾਕੀ ਜਿਹੜੇ ਕਰੰਟ ਅਫੇਅਰ ਹੈ ਉਹ ਕਰਾਂਗੇ ਸਟਾਰਟ ਠੀਕ ਹੈ ਜਦੋਂ ਕਰੰਟ ਅਫੇਅਰ ਨਿਬੜ ਜਾਣਗੇ 2023 ਦੇ ਫਿਰ ਆਪਾਂ ਜੀਕੇ ਸ਼ੁਰੂ ਕਰ ਲਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਸਵਾ 12 ਵਜੇ ਮੈਥ ਦੀ ਕਲਾਸ ਹੁੰਦੀ ਹੈ ਉਹ ਵੀ ਮਿਸ ਨਾ ਕਰਿਆ ਕਰੋ ਠੀਕ ਹੈ ਓਕੇ ਜੀ ਤਾਂ ਆਪਣੀ ਸੀਰੀਜ਼ ਦਾ ਨਾਮ ਕੀ ਹੈ ਗੇਮ ਓਵਰ ਤਾਂ ਗੇਮ ਓਵਰ ਸੀਰੀਜ਼ ਹੈਗੀ ਹੈ ਜੀ ਆਪਣੀ ਬਈ ਸਾਰੇ 2023 ਦੇ ਕਰੰਟ ਅਫੇਅਰ ਦਾ ਆਪਾਂ ਨੇ ਗੇਮ ਓਵਰ ਕਰਨਾ ਹੈ ਓਕੇ ਚਲੋ फटाफट ਕਲਾਸਰੂਮ ਸ਼ੇਅਰ ਕਰ ਦਿਓ ਇਹ ਦੁਦਰ ਪਟਕਦੇ ਆ ਜਿਹੜੇ ਨਿਆਣੇ ਬੁਲਾ ਲਓ ਸਾਰਿਆਂ ਨੂੰ ਠੀਕ ਹੈ ਸਪੋਰਟਸ ਕਿੰਨੇ ਦਿਨ ਚੱਲਨੇ ਆ ਅ ਅੱਜ ਦੀ ਕਲਾਸ ਇਸ ਤੋਂ ਬਾਅਦ ਇੱਕ ਅੱਧੀ ਕਲਾਸ ਹੋਰ ਹੋਏਗੀ ਇੱਕ ਜਾਂ ਦੋ ਬਸ ਮੈਕਸਿਮਮ ਠੀਕ ਹੈ ਅੱਜ ਦੀ ਕਲਾਸ ਤੋਂ ਬਾਅਦ ਦੋ ਕਲਾਸਾਂ ਮੈਕਸਿਮਮ ਹੋਰ ਹੋਣਗੀਆਂ ਮੈਂ ਨਹੀਂ ਚਾਹੁੰਦਾ ਕਿ ਕੋਈ ਤੁਹਾਡਾ ਕੁਐਸਚਨ ਜਿਹੜਾ ਮਿਸ ਹੋਵੇ ਜੇ ਆਪਾਂ ਨੇ ਮੰਨ ਲਓ 200 ਕੁਐਸਚਨ ਕਰਨੇ ਆ ਹਨਾ ਜਾਂ 300 ਕੁਐਸਚਨ ਕਰਨੇ ਤਾਂ ਆਪਾਂ ਸਾਰੇ ਹੀ ਕਰਾਂਗੇ ਕਦੇ ਤੁਸੀਂ 200 ਕੁਐਸਚਨ ਕਰੇ ਕਰੇ ਹੋਣ ਯਾਦ ਤੇ ਉਹਨਾਂ ਦੇ ਵਿੱਚੋਂ ਕੁਛ ਨਾ ਵੀ ਬਾਹਰ ਹੋ ਅੱਜ ਫਿਰ ਉਹ 200 ਦਾ ਵੀ ਕੋਈ ਫਾਇਦਾ ਨਹੀਂ ਨਾ ਹੋਇਆ ਜੇ ਕਰਨੇ ਤਾਂ ਆਪਾਂ ਨੇ ਸਾਰੇ ਹੀ ਕਰਾਂਗੇ ਠੀਕ ਹੈ ਤਾਂ ਇਸ ਕਰਕੇ ਅੱਜ ਦੀ ਕਲਾਸ ਤੋਂ ਬਾਅਦ ਵੀ ਦੋ ਕਲਾਸਾਂ ਹੈ ਜਿਹੜੀ ਲੱਗ ਸਕਦੀਆਂ ਹਨ ਹੋਰ ਠੀਕ ਹੈ ਚਲੋ ਕਰੀਏ ਸਟਾਰਟ ਕਲਾਸ ਦਾ ਲਿੰਕ ਤੁਹਾਨੂੰ ਵੀ ਸਾਡੇ ਟੈਲੀਗ੍ਰਾਮ ਚੈਨਲ ਤੇ ਮਿਲਦਾ ਇਹ ਟੈਲੀਗ੍ਰਾਮ ਚੈਨਲ ਹੈਗਾ ਆਪਣਾ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਆ ਦੋ ਨੰਬਰ ਹੈਗੇ ਆ ਜੀ ਆਪਣੇ ਆ ਇੰਸਟਾਗ੍ਰam ਅਕਾਊਂਟ ਹੈ ਤੇ ਸਭ ਤੋਂ ਮੇਨ ਗੱਲ ਪੰਜਾਬ ਦੇ ਪੀਪਰਾਂ ਦੀ ਜੇ ਤਿਆਰੀ ਕਰਦੇ ਹੋ ਤੁਸੀਂ ਹਨਾ ਵਧੀਆ ਲੈਵਲ ਦੀ ਤਿਆਰੀ ਕਰਨੀ ਹੈ ਤਾਂ ਇੱਥੇ ਪ੍ਰਤਾਪ ਅਕੈਡਮੀ ਐਂਡਰੋਇਡ ਐਪ ਦੇ ਉੱਤੇ ਜਾਂ ਮਾਈ ਇੰਸਟੀਟਿਊਟ ਆਈਫੋਨ ਐਪ ਦੇ ਉੱਤੇ ਤੁਸੀਂ ਕੋਰਸ ਜਿਹੜਾ ਉਹ ਜੁਆਇਨ ਕਰ ਸਕਦੇ ਹੋ ਠੀਕ ਹੈ ਉੱਥੇ ਤੁਹਾਨੂੰ ਪੀਡੀਐਫ ਮਿਲਦੀ ਹੈ ਟੈਸਟ ਸੀਰੀਜ਼ ਮਿਲਦੀ ਹੈ ਕਲਾਸਾਂ ਮਿਲਦੀਆਂ ਓਕੇ ਨਹੀਂ ਇਹਦੀ ਪੀਡੀਐਫ ਨਹੀਂ ਸੇਵ ਹੁੰਦੀ ਐ ਜੀ ਠੀਕ ਐ ਇਹਦੀ ਪੀਡੀਐਫ ਨਹੀਂ ਸੇਵ ਹੁੰਦੀ ਐ ਬਸ ਠੀਕ ਐ ਚਲੋ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਦੇ ਰਾਦੇ ਜੀ ਸਾਰਿਆਂ ਨੂੰ ਰਾਦੇ ਰਾਦੇ ਜੀ ਬਸ ਹੁਣ ਆਪਾਂ ਕਲਾਸ ਸਟਾਰਟ ਕਰਦੇ ਆਂ ਅੱਜ ਬੱਚੇ ਕਿੱਥੇ ਆ ਬਈ ਅਸਾ ਜਮਈ ਨਹੀਂ ਕੋਈ ਪਹੁੰਚਿਆ ਕੀ ਗੱਲ ਨਹੀਂ ਕਰਨੇ ਗਰੰਟ ਅਫੇਅਰ ਤੁੰਨੀ ਤੁਸੀਂ ਕਲੋ ਬਈ ਆਪਾਂ ਨੇ ਤਾਂ ਕਰਾਣੇ ਆ ਕੋਈ ਕਰੇ ਨਾ ਕਰੇ ਆਪਣਾ ਰਿਸਪਾਂਸਿਬਿਲਟੀ ਜਿਹੜੀ ਹੈਗੀ ਆਪਣੀ ਉਹ ਤਾਂ ਆਪਾਂ ਨਭਾਵਾਂਗੇ ਬਾਈ ਸਬਸਕ੍ਰਾਈਬ ਕਰ ਲਓ ਜੋ ਨਿਊ ਸਟੂਡੈਂਟ ਹੈਗੇ ਆ শেয়ার ਕਰ ਦਿਓ ਬਈ ਜਿਹੜੇ ਤੁਹਾਡੇ ਗਰੁੱਪ ਹੈਗੇ ਆ WhatsApp ਦੇ ਉੱਤੇ ਜਾਂ Telegram ਦੇ ਉੱਤੇ ਉੱਥੇ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਲਾਈਕ ਲਾਈਕ ਤਾਂ ਹੁਣੇ ਕਰ ਦਿਓ ਜਿੰਨੇ ਵੀ ਬੱਚੇ ਤੁਸੀਂ ਦੇਖ ਰਹੇ ਹੋ ਚਲੋ ਫਿਰ ਆਪਾਂ ਕਰ ਦਿਆਂ ਸਟਾਰਟ ਪਹਿਲੇ ਪ੍ਰਸ਼ਨ ਤੋਂ ਹਾਂਜੀ ਜੂਨ 2023 ਤਾਂ ਆਪਾਂ ਹਲੇ ਜੂਨ ਤੱਕ ਪਹੁੰਚੇ ਆ ਯਾਨੀ ਹਲੇ ਅੱਧਕ ਸਾਲ ਤੱਕ ਆਪਾਂ ਪਹੁੰਚੇ ਆ ਦੋ ਕਲਾਸਾਂ ਹੋ ਚੁੱਕੀਆਂ ਜੇ ਤੀਜੀ ਕਲਾਸ ਹੈ ਯਾਨੀ ਕਿ ਅਜੇ ਤੀਜੀ ਕਲਾਸ ਹੋ ਜੇਗੀ ਫਿਰ ਚੌਥੀ ਤੇ ਬਚੇ ਕੁਝ ਜੋ ਵੀ ਰਹਿ ਗਏ ਆਪਾਂ ਪੰਜਵੀਂ ਚ ਨਵੇੜ ਦਾਂਗੇ ਯਾਨੀ ਦੋ ਕਲਾਸਾਂ ਹੋਰ ਆਊਗੀ ਸਪੋਰਟਸ ਦੀਆਂ ਉਸ ਤੋਂ ਬਾਅਦ ਆਪਾਂ এনवायरमेंट ਸ਼ੁਰੂ ਕਰਾਂਗੇ ਠੀਕ ਹੈ ਹਾਂਜੀ ਤਾਂ ਜੂਨ 2023 ਵਿੱਚ ਕੇਂਦਰੀ ਯੁਵਾ ਮਾਮਲਿਆਂ ਤੇ ਖੇਡ ਦੇ ਮੰਤਰੀ ਜਿਹੜੇ ਆਪਣੇ ਹੈਗੇ ਆ ਜੀ ਅਨੁਰਾਗ ਸਿੰਘ ਠਾਕੁਰ ਉਹਨਾਂ ਨੇ ਨਵੀਂ ਦਿੱਲੀ ਵਿਖੇ ਭਾਰਤੀ 올림픽 ਸੰਘ Indian Olympic Association ਦੀ ਇੱਕ ਮੁਹਿੰਮ ਸੀਗੀ ਜੀ ਉਸ ਨੂੰ ਹਰੀ ਚੰਡੀ ਦਿਖਾਈ ਠੀਕ ਹੈ ਤੁਹਾਨੂੰ ਕੁਐਸਚਨ ਇਹ ਵੀ ਬਣ ਸਕਦਾ ਹੈ ਕਿ Indian Olympic Association ਦੀ ਇਸ ਮੁਹਿੰਮ ਨੂੰ ਮੁਹਿੰਮ ਦਾ ਨਾਮ ਲਿਖ ਕੇ ਕਹਿ ਦੇਣਗੇ ਕਿ ਹਰੀ ਚੰਡੀ ਕਿਸ ਨੇ ਦਿਖਾਈ ਸੀ ਤਾਂ ਹਰੀ ਚੰਡੀ ਦਿਖਾਈ ਸੀਗੀ ਜਾਂ ਸਟਾਰਟ ਕਿਹਨੇ ਕਰਿਆ ਸੀਗਾ ਅਨੁਰਾਗ ਸਿੰਘ ਠਾਕੁਰ ਜਿਹੜੇ ਆਪਣੇ ਸਪੋਰਟਸ ਮਿਨਿਸਟਰ ਹੈਗੇ ਆ ਉਹਨਾਂ ਦੁਬਾਰਾ ਇਸ ਨੂੰ ਸਟਾਰਟ ਕਰਿਆ ਗਿਆ ਸੀਗਾ ਐਨਐਫਸੀ ਲਾਰ ਦੀ ਕੋਈ ਪੋਸਟ ਆਈ ਜੀ ਕੀ ਪੋਸਟ ਸਰਕੂਲੇਟ ਹੋ ਰਹੀ ਹੈ ਨੈਪਚਿਲਦਾਰ ਬਾਰੇ ਮੈਂ ਨਹੀਂ ਦੇਖੀ ਜੀ ਠੀਕ ਹੈ ਤੇ ਮੈਂ ਕਲਾਸ ਤੋਂ ਬਾਅਦ ਆਫੀਸ਼ੀਅਲੀ ਸਾਈਟ ਤੇ ਜਾ ਕੇ ਦੇਖ ਲਵਾਂਗਾ ਜਾਂ ਤੁਸੀਂ ਖੁਦ ਦੇਖ ਸਕਦੇ ਹੋ ਆਫੀਸ਼ੀਅਲੀ ਸਾਈਟ ਤੇ ਜਾ ਕੇ ਦੇਖਿਆ ਕਰੋ ਉਹੀ ਰਾਈਟ ਹੁੰਦਾ ਹੈ ਡਾਟਾ ਠੀਕ ਹੈ ਓਕੇ ਹਾਂ ਬਿਲਕੁਲ ਭਾਰਤ ਇਨ ਪੈरिस ਵਾਲੇ ਸਾਰੇ ਸਹੀ ਹੈ ਭਾਰਤ ਇਨ ਪੈरिस ਇਜ਼ ਦਾ ਰਾਈਟ ਆਨਸਰ ਹੈਗਾ ਯਾਦ ਰੱਖਣਾ ਕਈ ਵਾਰ ਕੁਐਸਚਨ ਤੁਹਾਨੂੰ ਇਦਾਂ ਵੀ ਪੁੱਛ ਸਕਦੇ ਆ ਕਿ ਇੰਡੀਅਨ 올림픽 ਸੰਘ ਦੀ ਭਾਰਤ ਇਨ ਪੈरिस ਮੁਹਿੰਮ ਨੂੰ ਕਿਸ ਨੇ ਇਨੈਗੂਰੇਟ ਕਰਿਆ ਸੀ ਜਾਂ ਕਿਸ ਨੇ ਹਰੀ ਚੰਡੀ ਦਿਖਾਈ ਸੀ ਤਾਂ ਉਹ ਦਿਖਾਈ ਸੀ ਬਈ ਅਨੁਰਾਗ ਸਿੰਘ ਠਾਕੁਰ ਨੇ ਜਿਹੜੇ ਆਪਣੇ ਸਪੋਰਟਸ ਮਿਨਿਸਟਰ ਹੈਗੇ ਆ ਠੀਕ ਹੈ ਹਿਮਾਚਲ ਪ੍ਰਦੇਸ਼ ਤੋਂ ਹੈ ਨੈਕਸਟ ਹੈ ਜੀ ਭਾਰਤੀ ਫੁੱਟਬਾਲ ਟੀਮ ਨੇ ਡੈਸ਼ ਨੂੰ ਹਰਾ ਕੇ ਨੌਵੀਂ ਵਾਰ ਸੈਫ ਕਿਹੜਾ ਸੈਫ ਸਾਊਥ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਜਿਹੜੀ ਚੈਂਪੀਅਨਸ਼ਿਪ ਹੈ ਜਿਹਨੂੰ ਬੰਗ ਬੰਦੂ ਚੈਂਪੀਅਨਸ਼ਿਪ ਵੀ ਬੋਲਦੇ ਆ ਕੀ ਬੋਲਦੇ ਆ ਬੰਗ ਬੰਦੂ ਇਹ ਜਿੱਤੀ ਹੈ ਤਾਂ ਜਿੱਤੀ ਕਿ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੀ ਕਲੀਅਰ ਹੋ ਗਿਆ ਇੰਡੀਆ ਨੇ ਜਿੱਤੀ ਹੈ ਕਿਨੇ ਜਿੱਤੀ ਹੈ ਇੰਡੀਆ ਨੇ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਹੈ ਕਿ ਸੈਫ ਬੰਗ ਬੰਦੂ ਚੈਂਪੀਅਨਸ਼ਿਪ ਕਿਹੜੇ ਦੇਸ਼ ਨੇ ਜਿੱਤੀ ਹੈ ਤਾਂ ਸੈਫ ਬੰਗ ਬੰਦੂ ਚੈਂਪੀਅਨਸ਼ਿਪ ਜਿੱਤੀ ਹੈ ਜੀ ਇੰਡੀਆ ਨੇ ਕਿੰਨੀ ਵਾਰ ਜਿੱਤੀ ਹੈ ਨੌਵੀਂ ਵਾਰ ਜਿੱਤੀ ਹੈ ਠੀਕ ਹੈ ਕਿੰਨੀ ਵਾਰ ਜਿੱਤੀ ਹੈ ਨੌਵੀਂ ਵਾਰ ਇਹ ਵੀ ਪੁੱਛਿਆ ਜਾ ਸਕਦਾ ਹੈ ਤੇ ਫਾਈਨਲ ਚ ਕਿਹਨੂੰ ਹਰਾਇਆ ਭਾਈ ਫਾਈਨਲ ਚ ਕਿਹਨੂੰ ਹਰਾਇਆ ਹਾਂ ਰਲੇ ਮੇਲੇ ਤੁਹਾਡੇ ਅਨਸਰ ਹੈ ਕੋਈ ਬੰਗਲਾਦੇਸ਼ ਕੋਈ ਕੁਵੈਤ ਕੋਈ ਨੇਪਾਲ ਬਸ ਭਾਈ ਕੁਵੈਤ ਇਜ਼ ਦਾ ਰਾਈਟ ਆਨਸਰ ਠੀਕ ਹੈ ਤਾਂ ਇਹ ਯਾਦ ਰੱਖਣਾ ਹੈ ਭਾਈ ਬੰਗਬੰਦੂ ਕੌਣ ਹੈ ਜਿਹਦੇ ਨਾਮ ਦੇ ਉੱਤੇ ਚੈਂਪੀਅਨਸ਼ਿਪ ਹੈ ਬੰਗਬੰਦੂ ਕਹਿੰਦੇ ਆਪਾਂ ਫਾਦਰ ਆਫ ਬੰਗਲਾਦੇਸ਼ ਨੂੰ ਕਿਹਨੂੰ ਕਹਿੰਦੇ ਆਂ ਫਾਦਰ ਆਫ ਬੰਗਲਾਦੇਸ਼ ਨੂੰ ਕਿਹਾ ਜਾਂਦਾ ਹੈ ਬੰਗ ਬੰਧੂ ਇਹ ਜੀਕੇ ਦੇ ਕੁਸਚਨ ਹੈ ਠੀਕ ਹੈ ਫਾਦਰ ਆਫ ਬੰਗਲਾਦੇਸ਼ ਬੰਗ ਬੰਧੂ ਯਾਨੀ ਸੇਖ ਮੁਜੀਬੁਰ ਰਹਿਮਾਨ ਸੇਖ ਮੁਜੀਬੁਰ ਰਹਿਮਾਨ ਜਿਹਦੀ ਕੁੜੀ ਹੈਗੀ ਹੈ ਸੇਖ ਹਸੀਨਾ ਸੇਖ ਹਸੀਨਾ ਜਿਹਦੀ ਪਾਰਟੀ ਹੈ ਆਵਾਮੀ ਲੀਗ ਤੇ ਹੁਣੇ ਹੁਣੇ ਬੰਗਲਾਦੇਸ਼ ਦੇ ਵਿੱਚ ਇਲੈਕਸ਼ਨ ਹੋਏ ਹੈ ਸੇਖ ਹਸੀਨਾ ਪੰਜਵੀਂ ਬਾਰ ਦੁਬਾਰੇ ਫੇਰ ਕੀ ਬਣੀ ਹੈ ਪ੍ਰਧਾਨ ਮੰਤਰੀ ਬਣੀ ਹੈ ਉਤੋਂ ਦੀ ਵੇਰੀ கரنٹ ਅਫੇਅਰ ਲਗਾਇਆ ਕਰੋ ਉੱਥੇ ਡਿਸਕਸ ਕਰਦੇ ਆਪਾਂ ਸਾਰੀ ਗੱਲਾਂ ਸਵੇਰੇ 7:00 ਵਜੇ கரنٹ ਅਫੇਅਰ ਹੁੰਦੇ ਆ। ਨੈਕਸਟ ਆਓ ਜੀ ਯੂਨੈਕਸ ਕੈਨੇਡਾ ਓਪਨ 2023 ਕੈਨੇਡਾ ਓਪਨ 2023 ਵਿੱਚ ਪੋਰਸ ਸਿੰਗਲ ਫਾਈਨਲ ਜਿੱਤਣ ਵਾਲੇ ਭਾਰਤੀ ਬੈਡਮਿੰਟਨ ਖਿਡਾਰੀ ਦਾ ਨਾਮ ਦੱਸੋ ਬਈ। ਸੁਪਰ ਇੰਪੋਰਟੈਂਟ ਹੈਗਾ ਤੁਹਾਨੂੰ ਡਾਇਰੈਕਟ ਕੁਐਸਚਨ ਆ ਸਕਦਾ ਹੈ ਕੈਨੇਡਾ ਓਪਨ 2023 ਕਿਨੇ ਜਿੱਤਿਆ? ਕੈਨੇਡਾ ਓਪਨ 2023 ਦੇ ਵਿੱਚ ਮੇਲ ਟਾਈਟਲ ਕਿਨੇ ਜਿੱਤਿਆ? ਇੱਕ ਤਾਂ ਗੱਲ ਤਾਂ ਕਲੀਅਰ ਹੋ ਗਈ ਇੰਡੀਅਨ ਨੇ ਜਿੱਤਿਆ ਬਈ ਕਿਨੇ ਜਿੱਤਿਆ? ਇੰਡੀਅਨ ਖਿਡਾਰੀ ਨੇ ਜਿੱਤਿਆ ਕੈਨੇਡਾ ਓਪਨ ਬੈਡਮਿੰਟਨ ਦੀ ਗੱਲ ਹੋ ਰਹੀ ਹੈ ਦੱਸੋ ਕੈਨੇਡਾ ਓਪਨ 2023 ਲਖਸੇਨ ਵਾਲੇ ਹੈਗੇ ਆ ਅੱਛਾ ਜੀ ਠੀਕ ਹੈ ਫਿਰ ਭਾਈ ਲਖਸੇਨ ਵਾਲੇ ਸਾਰੇ ਜਿਨ੍ਹਾਂ ਦਾ ਵੀ ਅਨਸਰ ਹੈ ਲਕਸ਼ ਸੇਨ ਯਾਦ ਰੱਖਣਾ ਹੈ ਬਈ ਬਹੁਤ ਇੰਪੋਰਟੈਂਟ ਹੈ ਕੈਨੇਡਾ ਓਪਨ 2023 ਦੇ ਵਿੱਚ ਮੇਲ ਸਿੰਗਲ ਟਾਈਟਲ ਕਿਨੇ ਜਿੱਤਿਆ ਆਪਣੇ ਇੰਡੀਅਨ ਖਿਡਾਰੀ ਲਕਸ਼ ਸੇਨ ਨੇ ਜਿੱਤਿਆ ਸੁਪਰ ਇੰਪੋਰਟੈਂਟ ਕੁਐਸਚਨ ਚਲੋ ਨੈਕਸਟ ਆਓ ਬਹੁਤ ਬਹੁਤ ਜ਼ਿਆਦਾ ਮਤਲਬ ਸਪੋਰਟਸ ਦੇ ਜਿਹੜੇ ਸੁਪਰ ਡੂਪਰ ਇੰਪੋਰਟੈਂਟ ਕੁਐਸਚਨ ਹੁੰਦੇ ਹੈ ਨਾ ਸੁਪਰ ਡੂਪਰ ਤੋਂ ਵੀ ਉੱਪਰ ਵਾਲੇ ਉਹ ਹੈਗਾ ਇਹ ਕੁਐਸਚਨ ਪਤਾ ਨਾ ਟੈਨਿਸ ਦੇ ਵਿੱਚ ਟੈਨਿਸ ਦੇ ਵਿੱਚ ਆਪਾਂ ਨੇ ਪਿਛਲੀ ਕਲਾਸਾਂ 'ਚ ਪੜਿਆ ਕਿ ਗ੍ਰੈਂਡ ਸਲੈਮ ਹੁੰਦੇ ਆ ਕੀ ਹੁੰਦੇ ਆ ਗ੍ਰੈਂਡ ਸਲੈਮ ਟੋਟਲ ਕਿੰਨੇ ਗ੍ਰੈਂਡ ਸਲੈਮ ਹੁੰਦੇ ਆ ਚਾਰ ਗ੍ਰੈਂਡ ਸਲੈਮ ਹੁੰਦੇ ਆ ਜਿਵੇਂ ਆਸਟ੍ਰੇਲੀਅਨ ਓਪਨ ਠੀਕ ਹੈ ਜੀ ਹੋਰ ਯੂ ਐਸ ਓਪਨ ਵਿਮਲਡਨ ਓਪਨ ਔਰ ਕਿਹੜਾ ਰਹਿ ਗਿਆ ਫ੍ਰੈਂਚ ਓਪਨ ਤਾਂ ਸਾਲ ਦੇ ਵਿੱਚ ਇਹ ਚਾਰ ਓਪਨ ਹੁੰਦੇ ਆ ਆਸਟ੍ਰੇਲੀਅਨ ਓਪਨ ਯੂ ਐਸ ਓਪਨ ਵਿਮਲਡਨ ਓਪਨ ਤੇ ਫ੍ਰੈਂਚ ਓਪਨ ਤਾਂ ਦੋ ਤੋਂ ਆਪਾਂ ਪੜ ਚੁੱਕੇ ਆ ਦੋ ਅੱਜ ਦੀ ਕਲਾਸ 'ਚ ਆਪਾਂ ਪੜ ਲਾਂਗੇ ਤਾਂ ਇੱਕ ਹੈਗਾ ਵਿਮਲਡਨ ਓਪਨ ਸੁਪਰ ਡੂਪਰ ਇੰਪੋਰਟੈਂਟ ਹੈ ਕਿਉਂ ਕਿ ਇਹ ਦੁਨੀਆ ਦਾ ਸਭ ਤੋਂ ਪੁਰਾਣਾ ਓਪਨ ਹੈ ਟੈਨਿਸ ਦਾ ਚਾਰ ਗ੍ਰੈਂਡ ਸਲੇਮ ਹੈਗੇ ਨੇ ਜਿਹੜੇ ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਹੈ ਵਿਮਲਡਨ ਓਪਨ ਯਾਦ ਰੱਖਣਾ ਹੈ 올ਡੇਸਟ ਹੈ 136ਵੇਂ ਐਡੀਸ਼ਨ ਇਹਦਾ ਹੋਇਆ 2023 ਦੇ ਵਿੱਚ ਤਾਂ ਟਾਈਟਲ ਬਹੁਤ ਹੋਣਗੇ ਮੇਲ ਸਿੰਗਲ ਫੀਮੇਲ ਸਿੰਗਲ ਮੇਲ ਡਬਲ ਫੀਮੇਲ ਡਬਲ ਮਿਕਸ ਪੰਜ ਤਾਂ ਹੁੰਦੇ ਹੀ ਐ ਪਰ ਯਾਦ ਆਪਾਂ ਨੇ ਮੇਲ ਸਿੰਗਲ ਤੇ ਫੀਮੇਲ ਸਿੰਗਲ ਹੀ ਰੱਖਣਾ ਹੁੰਦਾ ਹੈ ਜੇ ਡਬਲ ਦੇ ਵਿੱਚ ਜਾਂ ਮਿਕਸ ਦੇ ਵਿੱਚ ਇੰਡੀਅਨ ਬੰਦਾ ਇਨਵੋਲ ਹੈ ਤਾਂ ਆਪਾਂ ਉਹ ਵੀ ਯਾਦ ਰੱਖ ਲੈਂਦੇ ਆ ਠੀਕ ਹੈ ਜਿਆਦਾਤਰ ਆਪਣੇ ਇਸ ਪਿਛਲੇ ਸਾਲ ਵਾਲੇ ਕਿੰਨੇ ਜਿੱਤੇ ਨੋਵਾਕ ਜੋਕੋ ਵੀਕ ਕਿਨੇ ਜਿੱਤੇ ਪਰ ਇਹ ਨਹੀਂ ਜਿੱਤੇ ਇਹ ਯਾਦ ਰੱਖਣਾ ਇਹ ਨਹੀਂ ਜਿੱਤੇ ਉਹਨੇ ਨੋਵਾਕ ਜੋਕੋ ਵੀਕ ਨੇ ਇਹ ਕਿਨੇ ਜਿੱਤੇ ਹੈ ਇਹ 카ਰਲੋਸ ਐਲਕਰਾਸ ਨੇ ਜਿੱਤੇ ਹੈ ਸਪੇਨ ਵਾਲੇ ਨੇ ਠੀਕ ਹੈ ਬਈ ਓਕੇ ਸਮਝ ਗਏ ਓਕੇ ਨਹੀਂ ਜੀ ਇਹਨਾਂ ਦੀ ਪੀਡੀਐਫ ਨਹੀਂ ਹੈ ਨੈਕਸਟ ਆਉ ਇਹਦਾ ਹੋ ਗਿਆ ਮੇਲ ਟਾਈਟਲ ਠੀਕ ਹੈ ਇਹ ਕਿਹੜਾ ਟਾਈਟਲ ਸੀਗਾ ਜੀ ਮੇਲ ਹੁਣ ਆਪਾਂ ਗੱਲ ਕਰਦੇ ਆ ਫੀਮੇਲ ਟਾਈਟਲ ਦੀ ਹੁਣ ਆਪਾਂ ਗੱਲ ਕਰਦੇ ਆ ਊਮਨ ਟਾਈਟਲ ਦੀ ਠੀਕ ਹੈ ਊਮਨ ਸਿੰਗਲ ਟਾਈਟਲ ਇਹ ਦੱਸੋ ਊਮਨ ਸਿੰਗਲ ਟਾਈਟਲ ਬਈ ਇਹ ਬਹੁਤ ਜ਼ਰੂਰੀ ਹੈ ਗ੍ਰੈਂਡ ਸਲੈਮ ਦੇ ਉੱਤੇ ਕੁਐਸਚਨ ਪਹਿਲਾਂ ਬਹੁਤ ਦੇਖੇ ਗਏ ਆ ਪੇਪਰਾਂ 'ਚ ਊਮਨ ਟਾਈਟਲ ਨਹੀਂ ਕਿਸੇ ਨੂੰ ਕੋਈ ਆਈਡੀਆ ਤਾਂ ਇਹਨੂੰ ਜਿੱਤਿਆ ਬਈ ਚੈਕ ਰਿਪਬਲਿਕ ਦੀ ਮਾਰਕੇਟਾ ਵੋਂਡਰੂਸੋਵ ਨੇ ਇਹਨੇ ਜਿੱਤਿਆ ਨਾ ਬਿਲਕੁਲ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ ਤਾਂ ਇਹ ਦੋਨੇ ਯਾਦ ਰੱਖਣੇ ਆ ਬਾਕੀ ਡਬਲ ਵਾਲੇ ਵੀ ਮੈਂ ਲਿਖੇ ਹੋਏ ਆ ਪਰ ਡਬਲ ਦੇ ਵਿੱਚ ਕੋਈ ਇੰਡੀਅਨ ਇਨਵੋਲਵ ਨਹੀਂ ਹੈ ਤਾਂ ਅਜਿਹੇ ਕੁਸ਼ਚਨ ਮਤਲਬ ਪੱਟੇ ਚਾਂਸ ਹੁੰਦੇ ਆ ਕਿ ਪੁੱਛੇ ਜਾਣ ਸਿੰਗਲ ਟਾਈਟਲ ਤਾਂ ਮਸਟ ਹੈ ਉਹ ਤਾਂ ਯਾਦ ਰੱਖਣਾ ਹੀ ਰੱਖਣਾ ਹੈ ਡਬਲ ਦਾ ਫਿਲਹਾਲ ਕੋਈ ਲੋੜ ਮੈਨੂੰ ਲੱਗਦਾ ਨਹੀਂ ਠੀਕ ਹੈ ਚਾਹੇ ਨਾ ਵੀ ਯਾਦ ਰੱਖਿਓ ਨੈਕਸਟ ਆਪ ਸ਼ੀਵਾ ਜਪਾਨ ਵਿਖੇ ਆਯੋਜਿਤ 64ਵਾਂ ਅੰਤਰਰਾਸ਼ਟਰੀ ਮੈਥ ਓਲੰਪੀਆਡ 64ਵਾਂ ਅੰਤਰਰਾਸ਼ਟਰੀ ਮੈਥ ਓਲੰਪੀਆਡ ਤਾਂ ਇੱਕ ਤਾਂ ਤੁਹਾਨੂੰ ਕੁਐਸਚਨ ਡਾਇਰੈਕਟ ਬਣਦਾ ਹੈ ਕਿ ਜਿਹੜਾ 2023 ਦੇ ਵਿੱਚ ਇੰਟਰਨੈਸ਼ਨਲ ਮੈਥ ਓਲੰਪੀਆਡ ਹੋਇਆ ਉਹ ਕਿੱਥੇ ਹੋਇਆ ਉਹ ਜਾਪਾਨ ਦੇ ਵਿੱਚ ਹੋਇਆ ਠੀਕ ਹੈ ਉੱਥੇ ਬਹੁਤ ਸਾਰੇ ਦੇਸ਼ਾਂ ਨੇ ਭਾਗ ਲਿਆ ਤੇ ਇੰਡੀਆ ਨੇ ਦੋ 골ਡ ਮੈਡਲ ਜਿੱਤੇ ਹਨ ਇੰਡੀਆ ਨੇ ਉੱਥੇ ਦੋ 골ਡ ਮੈਡਲ ਜਿੱਤੇ ਹਨ ਤੇ ਚਾਂਦੀ ਤੇ ਆਪਣਾ ਬ੍ਰੌਂਜ਼ ਦੇ ਮੈਡਲ ਜਿੱਤੇ ਹਨ ਕੁੱਲ ਮਿਲਾ ਕੇ ਕਿੰਨੇ ਸਥਾਨ ਤੇ ਰਿਹਾ ਹੈ ਇੰਡੀਆ ਠੀਕ ਹੈ ਇਹ ਦੱਸਣਾ ਹੈ 골ਡ ਮੈਡਲ ਵੀ ਯਾਦ ਰੱਖਣਾ ਕਿੰਨੇ 골ਡ ਮੈਡਲ ਜਿੱਤੇ ਹਨ ਦੋ ਇੰਡੀਆ ਓਵਰਆਲ ਕੈਮੇ ਰੈਂਕ ਤੇ ਰਿਹਾ ਬਿਲਕੁਲ ਬਈ ਨੋਮੇ ਤੁਸੀਂ ਕਮੈਂਟ ਕਰਿਆ ਸਾਰਿਆਂ ਨੇ ਸਹੀ ਹੈ ਨੋਵੇਂ ਨੰਬਰ ਤੇ ਰਿਹਾ ਠੀਕ ਹੈ ਸੁਪਰ ਇੰਪੋਰਟੈਂਟ ਹੈ ਯਾਦ ਰੱਖਣਾ ਤੇ ਇਹ ਹੋਇਆ ਕਿਥੇ ਸੀਗਾ ਜਾਪਾਨ ਚ ਹੋਇਆ ਸੀ ਇਹ ਵੀ ਯਾਦ ਰੱਖਣਾ ਹੈ ਜ਼ਰੂਰੀ ਨਹੀਂ ਕੁਐਸਚਨ ਡਾਇਰੈਕਟ ਇਦਾਂ ਹੈ ਕੁਐਸਚਨ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਪੁੱਛਿਆ ਜਾ ਸਕਦਾ ਹੈ ਨਾ ਨੈਕਸਟ ਆਓ ਜੀ ਕਿਹੜੀ ਫੁੱਟਬਾਲ ਟੀਮ ਨੇ ਕਿਹੜੀ ਫੁੱਟਬਾਲ ਟੀਮ ਨੇ ਜੌਰਜੀਆ ਵਿਖੇ ਸਪੇਨ ਨੂੰ ਹਰਾ ਕੇ ਪੁਰਸ 2023 UEFA ਯੂਰੋਪੀਅਨ ਅੰਡਰ 21 ਚੈਂਪੀਅਨਸ਼ਿਪ ਹੈ ਜਿਹੜੀ ਉਹ ਜਿੱਤੀ ਹੈ ਠੀਕ ਹੈ ਤਾਂ ਯੂਰੋਪ ਵਾਲਿਆਂ ਦੀ ਫੁੱਟਬਾਲ ਦੀ ਜਿਹੜੀ ਲੀਗ ਹੁੰਦੀ ਹੈ ਤੇ ਯੂਰੋਪ ਵਾਲਿਆਂ ਦੀ ਫੁੱਟਬਾਲ ਦੀ ਜਿਹੜੀ ਸੰਸਥਾ ਹੈ ਉਹਨਾਂ ਦਾ ਇੱਕ ਟੂਰਨਾਮੈਂਟ ਹੁੰਦਾ ਹੈ ਅੰਡਰ 21 ਹੁੰਦਾ ਹੈ ਅੰਡਰ 21 ਠੀਕ ਹੈ ਇਸ ਦੇ ਵਿੱਚ ਕੌਣ ਜਿੱਤਿਆ ਸਪੇਨ ਨੂੰ ਹਰਾਇਆ ਗਿਆ ਸਪੇਨੀਆਨੀ ਰਨਰ ਅਪ ਕੌਣ ਰਹੀ ਹੈ ਰਨਰ ਅਪ ਰਹੀ ਹੈ ਸਪੇਨ ਤੇ ਇਹ ਟੂਰਨਾਮੈਂਟ ਹੋਇਆ ਕਿੱਥੇ ਸੀਗਾ ਜੌਰਜੀਆ ਦੇ ਵਿੱਚ ਹੋਇਆ ਸੀਗਾ ਠੀਕ ਹੈ ਇਹ ਸਾਰੀ ਗੱਲਾਂ ਯਾਦ ਰੱਖਣ ਵਾਲੀ ਵੈਸੇ ਹੁੰਦੀ ਹੈ ਪਰ ਜਿਹੜਾ ਮੋਸਟ ਕਾਮਨ ਕੁਐਸਚਨ ਹੁੰਦਾ ਉਹ Winner ਦੇ ਉੱਤੇ ਜਾਂਦਾ ਵੀ ਕੌਣ ਜਿੱਤਿਆ ਠੀਕ ਹੈ ਉਹ ਕਦੇ ਉੱਤੇ ਕੁਐਸਚਨ ਆਉਂਦਾ ਹੈ Winner ਦੇ ਉੱਤੇ ਜਾਂਦਾ ਤੇ ਤੁਹਾਡਾ ਆਨਸਰ ਜ਼ਿਆਦਾਤਰ ਬੱਚਿਆਂ ਦਾ ਇੰਗਲੈਂਡ ਆਇਆ ਹੋਇਆ ਜਿਹੜਾ ਕਿ ਸਹੀ ਹੈ ਠੀਕ ਹੈ ਸਹੀ ਹੈ ਜੀ ਸਹੀ ਹੈ ਠੀਕ ਹੈ ਓਕੇ ਯੂਨੀਅਨ ਆਫ ਯੂਨੀਅਨ ਆਫ ਯੂਰੋਪੀਅਨ ਫੁੱਟਬਾਲ ਐਸੋਸੀਏਸ਼ਨ ਓਕੇ ਤਾਂ ਇਹ ਯਾਦ ਰੱਖਣੇ ਨੈਕਸਟ ਆਓ ਜੀ ਯੂਐਸ ਓਪਨ ਇਹ ਬੈਡਮਿੰਟਨ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਯੂਐਸ ਓਪਨ ਟੈਨਿਸ ਦੇ ਵਿੱਚ ਵੀ ਹੁੰਦਾ ਇਸ ਕਰਕੇ ਮੈਂ ਸਪੈਸ਼ਲੀ ਲਿਖਿਆ ਹੈ ਬੈਡਮਿੰਟਨ ਠੀਕ ਹੈ ਤਾਂ ਯੋਨੈਕਸ ਵੈਸੇ ਵੀ ਯੋਨੈਕਸ ਵਰਡ ਆ ਹੀ ਗਿਆ ਸੀਗਾ ਤਾਂ ਯੋਨੈਕਸ ਜਿਹੜਾ ਹੈ ਇਹ ਜਿਹੜਾ ਯੋਨੈਕਸ ਵਰਡ ਹੈ ਇਹ ਬੈਡਮਿੰਟਨ ਦੇ ਟੂਰਨਾਮੈਂਟ ਜਿੰਨੇ ਵੀ ਓਪਨ ਹੁੰਦੇ ਆ ਚਾਹੇ ਇੰਡੀਆ ਓਪਨ ਹੈ ਜਾਪਾਨ ਓਪਨ ਹੈ ਬ੍ਰਿਟਿਸ਼ ਓਪਨ ਹੈ ਇਹਨਾਂ ਦੇ ਅੱਗੇ ਯੋਨੈਕਸ ਲੱਗਿਆ ਹੋਇਆ ਹੁੰਦਾ ਇਹ ਮਤਲਬ ਬੈਡਮਿੰਟਨ ਦੇ ਹੀ ਨੁਸਾਨੀ ਸਮਝ ਲਓ ਤੁਸੀਂ ਠੀਕ ਹੈ ਯੂਐਸ ਓਪਨ ਮੈਨ ਸਿੰਗਲ ਤੇ ਵੂਮਨ ਸਿੰਗਲ ਦੋਨੇ ਯਾਦ ਰੱਖਣੇ ਆ ਠੀਕ ਹੈ ਹਾਂ ਬਈ ਆ ਕਿਸੇ ਨੂੰ ਕੋਈ ਆਈਡੀਆ ਚਲੋ ਬੜਾ ਬੜ ਦੇਖ ਲੋ ਇਹ ਜਿਹੜੇ ਓਪਨ ਹੈ ਕੱਲ ਵੀ ਆਪਾਂ ਨੇ ਬਹੁਤ ਓਪਨ ਕਰਿਆ ਤੁਸੀਂ ਓਪਨ 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 ਕਰਕੇ ਤੰਗ ਹੋ ਗਏ ਹੋਣੇ ਪਰ ਕੀ ਕਰੀਏ ਬਈ ਪੀਸੀਐਸ ਵਾਲੇ ਰਹਿਮ ਨਹੀਂ ਕਰਦੇ ਕਿਸੇ ਤੇ ਵੀ ਲੀਸੀ ਫੈਂਗ ਹੈਗਾ ਜੀ ਚਾਈਨਾ ਦਾ ਇਹਨੇ ਜਿੱਤਿਆ ਮੇਲ ਸਿੰਗਲ ਟਾਈਟਲ ਫੀਮੇਲ ਸਿੰਗਲ ਟਾਈਟਲ ਜਿੱਤਿਆ ਇਹਨੂੰ ਵੀ ਇਕੱਠੇ ਹੀ ਕਰ ਲਓ ਬਸ ਬੜਾ ਬੜ ਹਾਈਲੈਂਡ ਦੀ ਹੈਗੀ ਆ ਸੁਪਿੰਦਾ ਸੁਪਿੰਨਦਾ ਸੁਪੀਨ ਦਾ ਕਾਤਿਤ ਹੋਊਗਾ ਇਹ THAILAND ਦੀ ਹੈਗੀ ਆ ਤਾਂ US OPEN ਬੈਡਮਿੰਟਨ ਦਾ ਠੀਕ ਹੈ ਇੰਡੀਆ ਨੇ ਤੇ ਕਿਸੇ ਨੇ ਨਹੀਂ ਜਿੱਤੇ ਸਿੰਗਲ ਟਾਈਟਲ ਠੀਕ ਹੈ ਚਲੋ ਕਿਹੜੀ ਟੀਮ ਨੇ 2023 ਵਿੱਚ ਦਲੀਪ ਟਰੋਫੀ ਜਿੱਤੀ ਹੈ ਇੰਪੋਰਟੈਂਟ ਹੈ ਬਈ ਜਿਹੜੇ ਆਪਣੇ ਹੁੰਦੇ ਆ ਜਿਵੇਂ ਇਰਾਨੀ ਕੱਪ ਹੋ ਗਿਆ ਠੀਕ ਹੈ ਰਣਜੀਤ ਟਰੋਫੀ ਹੋਗੀ ਇਹ ਕੁਐਸਚਨ ਪੁੱਛੇ ਜਾਂਦੇ ਆ ਤੇ ਹੁਣ ਇਹ ਦਲੀਪ ਟਰੋਫੀ ਹੋਗੀ ਹਈਏ ਕੁਐਸਚਨ ਮਾਰਕ ਪਾ ਕੇ ਮਤਲਬ ਤੁਹਾਨੂੰ ਆਪਣੀ ਦੇ ਕੌਨਫੀਡੈਂਸ ਨਹੀਂ ਸੀਗਾ ਸਾਊਥ ਜ਼ੋਨ ਹਾਊਸ ਜ਼ੋਨ ਇਜ਼ ਦਾ ਰਾਈਟ ਆਨਸਰ ਹੈ ਹਨਾ ਚਲੋ ਨੈਕਸਟ ਆਓ ਬੁਦਾਪੇਸਟ ਹੰਗਰੀ ਵਿਖੇ ਬੁਦਾਪੇਸਟ ਹੰਗਰੀ ਵਿਖੇ ਆਯੋਜਿਤ ਸੁਪਰ ਜੀ ਐਮ ਗ੍ਰੈਂਡ ਮਾਸਟਰ ਸਤਰੰਜ ਟੂਰਨਾਮੈਂਟ ਕਿਹਨੇ ਜਿੱਤਿਆ ਬਹੁਤ ਇੰਪੋਰਟੈਂਟ ਹੈ ਬਈ ਤਾਂ ਸਤਰੰਜ ਟੂਰਨਾਮੈਂਟ ਯਾਨੀ ਗ੍ਰੈਂਡ ਮਾਸਟਰ ਸਤਰੰਜ ਟੂਰਨਾਮੈਂਟ ਸੀਗਾ ਜੀ ਬੁਡਾਪੈਸਟ ਹੰਗਰੀ ਵਿਖੇ ਇਸ ਯਾਦ ਰੱਖ ਲੈਣਾ ਠੀਕ ਹੈ ਇਸ ਟੂਰਨਾਮੈਂਟ ਨੂੰ ਕਿਸ ਨੇ ਜਿੱਤਿਆ ਸੁਪਰ ਜੀ ਐਮ ਯਾਨੀ ਗ੍ਰੈਂਡ ਮਾਸਟਰ ਸਤਰੰਜ ਟੂਰਨਾਮੈਂਟ 2023 ਇਹ ਹੋਇਆ ਬੁਡਾਪੈਸਟ ਹੰਗਰੀ ਦੇ ਵਿੱਚ ਇਸ ਨੂੰ ਕਿਸ ਨੇ ਜਿੱਤਿਆ Winner ਦੀ ਕੰਟਰੀ ਵੀ ਪੁੱਛੀ ਜਾਂਦੀ ਹੈ ਮਤਲਬ ਕਈ ਵਾਰ ਹੋ ਜਾਂਦਾ ਹੈ ਕਈ ਵਾਰ ਕਿਉਂਕਿ ਇੱਕ ਤਾਂ ਰੇਲਵੇ ਦੇ ਪੇਪਰ ਹੋਗੇ ਉਹਨਾਂ ਦਾ ਲੈਵਲ ਥੋੜਾ ਜਿਹਾ ਔਖਾ ਹੁੰਦਾ ਹੈ ਇੱਕ ਜਦੋਂ ਸੀਪੀਓ ਦੇ ਪੇਪਰ ਆਉਂਦੇ ਆ ਐਸਐਸਸੀ ਲੈਂਦੀ ਆ ਹੈ ਨਾ ਸੀਪੀਓ ਦੇ ਪੇਪਰ ਦਿੱਲੀ ਪੁਲਿਸ ਵਾਲਿਆਂ ਦੇ ਉਹ ਚੰਗੇ ਲੈਵਲ ਦੇ ਕੁਐਸਚਨ ਪੁੱਟ ਕਰਦੇ ਆ ਬਾਈ ਠੀਕ ਹੈ ਟ੍ਰਿਪਲ ਐਸ ਬੋਰਡ ਦਾ ਲੈਵਲ ਤੁਹਾਨੂੰ ਪਤਾ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ ਟ੍ਰਿਪਲ ਐਸ ਬੋਰਡ 'ਚ ਚਾਂਸ ਨਹੀਂ ਹੁੰਦੇ ਪਰ ਜਿਹੜੇ ਆਪਣੇ ਪੰਜਾਬ ਦੇ ਆਣ ਵਾਲੇ ਪੇਪਰ ਹੈਗੇ ਆ ਪੰਜਾਬ ਪੁਲਿਸ ਵਾਲੇ ਉਹ ਟੀਸੀਐਸ ਏਜੰਸੀ ਨੇ ਲੈਣੇ ਆ ਤੇ ਉਹਨਾਂ ਦਾ ਲੈਵਲ ਵਧੀਆ ਹੁੰਦਾ ਹੈ ਬਾਈ ਉਹ ਡਿੱਟੋ ਉਹੀ ਪੈਟਰਨ ਰੱਖਦੇ ਆ ਜਿਹੜਾ ਉਹਨਾਂ ਨੇ ਦਿੱਲੀ ਪੁਲਿਸ 'ਚ ਰੱਖਿਆ ਹੁੰਦਾ ਸੀਪੀਓ ਵਗੈਰਾ 'ਚ ਤਾਂ ਪੁੱਛੇ ਜਾਂਦੇ ਆ ਪ੍ਰਾਗਨੰਦਾ ਵਾਲੇ ਬਿਲਕੁਲ ਸਹੀ ਹੈ ਬਹੁਤ ਇੰਪੋਰਟੈਂਟ ਹੈ ਜੀ ਰਮੇਸ਼ ਬਾਬੂ ਪ੍ਰਾਗਨੰਦਾ ਠੀਕ ਹੈ ਬਹੁਤ ਇੰਪੋਰਟੈਂਟ ਹੈ ਇਹਨਾਂ ਦੀ ਸਿਸਟਰ ਦਾ ਨਾਮ ਦੱਸੋ ਭਈ ਉਹ ਵੀ ਗ੍ਰੈਂਡ ਮਾਸਟਰ ਬਣੀ ਹੈ ਤੇ ਦੱਸੋ ਉਹਦਾ ਨਾਮ ਕੀ ਹੈ ਇਹਨਾਂ ਦੀ ਸਿਸਟਰ ਦਾ ਨਾਮ ਠੀਕ ਹੈ ਚਲੋ ਨੈਕਸਟ ਆਪ ਕੋਰੀਆ ਓਪਨ 2023 ਬੈਡਮਿੰਟਨ ਵਿਖੇ ਬੈਡਮਿੰਟਨ ਵਿੱਚ ਕੋਰੀਆ ਓਪਨ ਕਿਹੜਾ ਹੈ ਗਿਆ ਬੈਡਮਿੰਟਨ ਵਾਲਾ ਆ ਗਿਆ ਜੀ ਠੀਕ ਹੈ ਇਦੇ ਵਿੱਚ ਪੁਰਸ਼ ਸਿੰਗਲ ਦਾ ਟਾਈਟਲ ਕਿਹਨੇ ਜਿੱਤਿਆ? ਇਦੇ ਵਿੱਚ ਪੁਰਸ਼ ਸਿੰਗਲ ਦਾ ਟਾਈਟਲ ਕਿਹਨੇ ਜਿੱਤਿਆ? ਕੋਰੀਆ ਓਪਨ ਬੈਡਮਿੰਟਨ ਦਾ। ਬੈਡਮਿੰਟਨ ਦੇ ਬਹੁਤ ਸਾਰੇ ਓਪਨ ਹੁੰਦੇ ਆਂ ਹਰ ਕੰਟਰੀ ਦੇ ਵਿੱਚ ਆਪਾਂ ਇੰਡੀਅਨ ਓਪਨ ਦੇਖ ਚੁੱਕੇ ਆਂ, ਯੂਐਸ ਓਪਨ ਦੇਖ ਚੁੱਕੇ ਆਂ, ਹੁਣ ਕੋਰੀਆ ਓਪਨ ਹੈ, ਕੱਲ ਜਾਪਾਨ, ਬ੍ਰਿਟਿਸ਼। ਕਹੀ ਹਾਂ, ਵਿਸ਼ਾਲੀ ਵਾਲੇ ਸਾਰੇ ਸਹੀ ਆਂ, ਆਰ ਵਿਸ਼ਾਲੀ ਵਾਲੇ ਸਾਰੇ ਸਹੀ ਆਂ। ਗਿਲੰਕੁਲ ਅੰਕੁਸ਼ ਜੀ ਪੰਜਾਬ ਪੁਲਿਸ ਬਾਰੇ ਜੀਕੇ ਕਿਧਰੋਂ ਵੀ ਪੜਨ ਦੀ ਲੋੜ ਨਹੀਂ ਹੈਗੀ। ਥੋੜੇ ਦਿਨ ਵੇਟ ਕਰੋ। ਚਿੰਨੀ ਕਲਾਸਾਂ ਆਪਣੇ ਚੈਨਲ ਤੇ ਪਈਆਂ ਪਹਿਲਾਂ ਉਹ ਕਰ ਲਓ ਉਸ ਤੋਂ ਬਾਅਦ ਆਪਾਂ ਨਵੀਂ ਕਲਾਸਾਂ ਚੈਨਲ ਦੇ ਉੱਤੇ ਸ਼ੁਰੂ ਕਰਾਂਗੇ ਬਸ ਉਹੀ ਕਰਨਾ ਹੈ ਹੋਰ ਕੁਝ ਨਹੀਂ ਕਰਨਾ ਟੈਨਸ਼ਨ ਨਾ ਲਾਓ ਠੀਕ ਹੈ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਕੋਰੀਆ ਓਪਨ ਕੋਰੀਆ ਓਪਨ ਦੇ ਵਿੱਚ ਸਿੰਗਲ ਟਾਈਟਲ ਕਿਹਨੇ ਜਿੱਤਿਆ ਬਈ ਡੈਨਮਾਰਕ ਦੇ ਹੈਂਡਰੀ ਐਂਟੋਨਸਨ ਨੇ ਠੀਕ ਹੈ ਇਸ ਮਹਿਲਾ ਓਪਨ ਕਿਹਨੇ ਜਿੱਤਿਆ ਇਹ ਸਾਊਥ ਕੋਰੀਆ ਦੀ ਨੇ ਜਿੱਤਿਆ ਹੋਣਾ ਬਿਲਕੁਲ ਸਾਊਥ ਕੋਰੀਆ ਦੀ ਹੈਗੀ ਆ ਐਨਸੀ ਯੰਗ ਠੀਕ ਹੈ ਤਾਂ ਇਹ ਬੈਡਮਿੰਟਨ ਦੇ ਜਿੰਨੇ ਵੀ ਓਪਨ ਹੈ ਤੁਸੀਂ ਇਦਾਂ ਕਰਨਾ ਜਦੋਂ ਵੀ ਇਹ ਸਪੋਰਟਸ ਦੀ ਕਲਾਸਾਂ ਖਤਮ ਹੋਣਗੀਆਂ ਸਾਰੇ ਜਿਹੜੇ ਬੈਡਮਿੰਟਨ ਦੇ ਓਪਨ ਹੈਗੇ ਆ ਸਾਰੇ ਨੂੰ ਇਕੱਠੇ ਲਿਖ ਲੈਣਾ ਤਾਂ ਕਿ ਤੁਹਾਨੂੰ ਯਾਦ ਰਹੇ ਸਾਰਾ ਠੀਕ ਹੈ ਚਲੋ ਨੈਕਸਟ ਆਪ ਏਸ਼ੀਅਨ ਕ੍ਰਿਕਟ ਕਾਉਂਸਿਲ ਏਸੀਸੀ ਏਸ਼ੀਅਨ ਕ੍ਰਿਕਟ ਕਾਉਂਸਿਲ ਏਸੀਸੀ ਪੁਰਸਾਂ ਦੀ ਉੱਭਰਦੀ ਹੋਈ ਟੀਮ ਏਸ਼ੀਆ ਕੱਪ 2023 ਕਿਸ ਟੀਮ ਨੇ ਜਿੱਤੀ ਹੈ ਤਾਂ ਇਹ ਜਿਹੜੇ ਏ ਟੀਮਾਂ ਹੁੰਦੀਆਂ ਬਈ ਠੀਕ ਹੈ ਏ ਟੀਮਾਂ ਹੁੰਦੀਆਂ ਉਹਨਾਂ ਦਾ ਕੱਪ ਕਰਾਇਆ ਸੀਗਾ ਏਸ਼ੀਅਨ ਕ੍ਰਿਕਟ ਕੌਂਸਲ ਨੇ ਤੇ ਉਸ ਕੱਪ ਨੂੰ ਉਸ ਏਸ਼ੀਆ ਕੱਪ ਨੂੰ ਕਿਨੇ ਜਿੱਤੇ ਆ ਏਸ਼ੀਅਨ ਕ੍ਰਿਕਟ ਕੌਂਸਲ ਦੁਆਰਾ ਏ ਟੀਮਾਂ ਜਿਹੜੀ ਹੁੰਦੀਆਂ ਠੀਕ ਹੈ ਛੋਟੀ ਟੀਮ ਹੈ ਜਿਹੜੀ ਆਪਣੀ ਉਹਨਾਂ ਦੇ ਕਰਾਇਆ ਸੀਗਾ ਉਹ ਦੱਸੋ ਕਿਨੇ ਜਿੱਤੇ ਆ ਸੀਨੀਅਰ ਅਸਿਸਟੈਂਟ ਦੇ ਪੇਪਰ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਜੀ ਪੰਜਾਬ ਪੁਲਿਸ ਦੀਆਂ ਕਲਾਸਾਂ ਸਿਰਫ ਪੰਜਾਬ ਪੁਲਿਸ ਵਾਸਤੇ ਇੰਸਪੈਕਟਰ ਸਬ ਇੰਸਪੈਕਟਰ ਹੈਡ ਕਾਂਸਟੇਬਲ ਜੋ ਵੀ ਅੱਗੇ ਆਣੇ ਆ ਸਾਰਿਆਂ ਵਾਸਤੇ ਸਾਰੇ ਸਬਜੈਕਟਾਂ ਦੀ ਬਸ ਉਹੀ ਕਰ ਲਿਓ ਬਹੁਤ ਹੈ ਬਿਲਕੁਲ ਜੀ ਪਾਕਿਸਤਾਨ ਵਾਲੇ ਸਾਰੇ ਸਹੀ ਹੈ ਪਾਕਿਸਤਾਨ ਇਜ਼ ਦਾ ਰਾਈਟ ਆਨਸਰ ਹੈ ਚਲੋ ਗਿਆਓ ਦੂਜੇ ਸਾਲ ਟੂਰ ਦੀ ਫਰਾਂਸ ਦਾ 110ਵਾਂ ਐਡੀਸ਼ਨ ਕਿਸ ਨੇ ਜਿੱਤਿਆ ਬਈ ਬਹੁਤ ਇੰਪੋਰਟੈਂਟ ਹੈ ਰਿਸ ਲੱਗਦੀ ਹੈ ਉਹਦੀ ਸਾਈਕਲਾਂ ਦੀ ਠੀਕ ਹੈ ਟੂਰ ਦੀ ਫਰਾਂਸ ਫਰਾਂਸ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਜੀ ਇੱਕ ਕਿਸ ਨੇ ਜਿੱਤਿਆ 110 ਮਾ ਐਡੀਸ਼ਨ ਕਿਸ ਨੇ ਜਿੱਤਿਆ ਇਹ ਕੁਐਸਚਨ ਪਹਿਲਾਂ ਵੀ ਕਈ ਵਾਰ ਆ ਚੁੱਕਿਆ ਹੈ ਟੂਰ ਡੇ ਫਰਾਂਸ ਇੱਕ ਹੀ ਕੁਐਸਚਨ ਬਣਦਾ ਇਹਨਾਂ ਦੇ ਉੱਤੇ ਇਹ ਪੁੱਛਦੇ ਆ ਜੀ ਹਮੇਸ਼ਾ ਟੂਰ ਡੇ ਫਰਾਂਸ ਦਾ winner ਪੇਪਰਾਂ 'ਚ ਪੁੱਛਿਆ ਜਾਂਦਾ ਹੈ ਕੌਣ ਹੁੰਦਾ ਹੈ ਠੀਕ ਹੈ ਇਸ ਨੂੰ ਜ਼ਰੂਰ ਯਾਦ ਰੱਖਣਾ ਸਾਰਿਆਂ ਨੇ ਟੂਰ ਡੇ ਫਰਾਂਸ ਦਾ winner ਯਾਦ ਰੱਖਣਾ ਹੁੰਦਾ ਸਾਰਿਆਂ ਨੇ ਠੀਕ ਹੈ ਸਾਰੇ ਡੈਨਮਾਰਕ ਦੇ ਜੁਨਾਸ ਵਿੰਗੇਗਾਰਡ ਵਾਲੇ ਸਾਰੇ ਸਹੀ ਹੈ ਨੈਕਸਟ ਆਊਟ ਕਿਸਪਾਰਤੀ ਟੈਨਿਸ ਖਿਡਾਰੀ ਨੇ ਟੈਂਪੋਰੇ ਫਿਨਲੈਂਡ ਵਿੱਚ ਚੈੱਕ ਗਣਰਾਜ ਦੇ ਡਾਲੀ ਬੋਰ ਸਵਰਸੀਨਾ ਨੂੰ ਹਰਾ ਕੇ ਟੈਂਪ ਟੈਂਪਰੇ ਓਪਨ 2023 ਦਾ ਪੁਰਸ਼ ਸਿੰਗਲ ਖਿਤਾਬ ਜਿੱਤਿਆ ਤਾਂ ਕੁਐਸਚਨ ਨੂੰ ਜੇ ਆਪਾਂ ਛੋਟਾ ਕਰਨਾ ਹੋਵੇ ਸਿੰਪਲ ਜ ਹੈ ਟੈਨਿਸ ਦਾ ਇੱਕ ਟੂਰਨਾਮੈਂਟ ਹੁੰਦਾ ਹੈ ਟੈਨਿਸ ਦਾ ਇੱਕ ਟੂਰਨਾਮੈਂਟ ਹੈ ਬਈ ਕਿਹੜਾ ਟੈਨਿਸ ਦਾ ਟੂਰਨਾਮੈਂਟ ਹੈਗਾ ਯਾ ਟੈਂਪੋਰੇ ਓਪਨ ਕਿਹੜਾ ਹੈ ਜੀ ਟੈਂਪਰੇ ਓਪਨ ਟੈਨਿਸ ਦਾ ਟੈਂਪਰੇ ਓਪਨ 2023 ਮੈਨ ਸਿੰਗਲ ਟਾਈਟਲ ਇੰਡੀਆ ਨੇ ਜਿੱਤਿਆ ਮੈਨਸ ਸਿੰਗਲ ਟਾਈਟਲ ਇੰਡੀਅਨ ਨੇ ਜਿੱਤਿਆ ਕਿਸੇ ਨੇ ਕਿਨੇ ਜਿੱਤਿਆ ਬਸ ਇਹ ਕੁਐਸਚਨ ਬਣਦਾ ਹੈ ਮੈਨਸ ਸਿੰਗਲ ਟਾਈਟਲ ਕਿਨੇ ਜਿੱਤਿਆ ਕੁਐਸਚਨ ਸਮਝ ਗਏ ਸੁਪਰ ਇੰਪੋਰਟੈਂਟ ਹੈ ਇਹ ਜਿਹੜੇ ਟਾਈਟਲ ਸਿੰਗਲ ਟਾਈਟਲ ਜਿੱਤਨਾ ਬਹੁਤ ਵੱਡੀ ਗੱਲ ਹੁੰਦੀ ਹੈ ਜਿੰਨੇ ਵੀ ਸਿੰਗਲ ਟਾਈਟਲ ਕਿਸੇ ਇੰਡੀਅਨ ਖਿਡਾਰੀ ਨੇ ਜਿੱਤੇ ਹੈ ਨਾ ਚਾਹ ਤੈਨਸ ਦਾ ਚਾਹ ਬੈਡਮਿੰਟਨ ਦਾ ਚਾਹ ਫਿਰ ਡਬਲ ਵਾਲਾ ਵੀ ਹੈ ਉਹ ਜ਼ਰੂਰ ਯਾਦ ਰੱਖਣੇ ਸਾਰੇ ਨੇ ਬੇਸਿਕ ਬਾਹਰ ਵਾਲੇ ਤੁਸੀਂ ਨਾ ਯਾਦ ਰੱਖਿਓ ਪਰ ਜਿਹੜਾ ਵੀ ਓਪਨ ਇੰਡੀਅਨ ਨੇ ਜਿੱਤਿਆ ਉਹ ਤਾਂ ਜ਼ਰੂਰ ਯਾਦ ਰੱਖ ਸਮਝ ਕੇ ਗੱਲ ਬਈ ਸੁਮਿਤ ਨਾਗਲ ਵਾਲੇ ਸਾਰੇ ਸਹੀ ਐ ਬਿਲਕੁਲ ਸਾਰੇ ਸਹੀ ਐ ਨੈਕਸਟ ਆ ਪਾਰਥ ਨੇ ਡੈਸ਼ ਤਗਮੇ ਜਿੱਤਿਆ ਅਤੇ ਜੁਲਾਈ 2023 ਵਿੱਚ ਆਯੋਜਿਤ ਤੀਜੇ ਐਡੀਸ਼ਨਲ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ আইএসਐਸਐਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 2023 ਰਾਈਫਲ ਪਿਸਟਲ ਸ਼ਾਰਟ ਗਨ ਦੀ ਸਮੁੱਚੀ ਮੈਡਲ ਸੂਚੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਕੁਛ ਨਹੀਂ ਸਿੰਪਲ ਜਿਹਾ ਕੁਐਸਚਨ ਐ ਬਸ ਲੈਂਥੀ ਜ਼ਿਆਦਾ ਹੋ ਗਿਆ ISSF ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਇਹ ਸੰਸਥਾ ਹੈਗੀ ਹੈ ISSF ਸੰਸਥਾ ਪੂਰੀ ਦੁਨੀਆ ਦੇ ਵਿੱਚ ਸ਼ੂਟਿੰਗ ਦੀ ਗੇਮ ਨੂੰ ਮੈਨੇਜ ਕਰਦੀ ਹੈ ਸ਼ੂਟਿੰਗ ਦੇ ਵਿੱਚ ਫਿਰ ਕਈ ਤਰ੍ਹਾਂ ਦੇ ਇਵੈਂਟ ਹੁੰਦੇ ਆ ਰਾਈਫਲ ਪਿਸਟਲ ਸ਼ਾਰਟगन ਐਦਾਂ ਕਰਕੇ 에어 ਰਾਈਫਲ ਵੀ ਹੁੰਦੀ ਹੈ ਠੀਕ ਹੈ ਤਾਂ ਇਹਨਾਂ ਦੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਇੰਡੀਆ ਨੇ ਕਿੰਨੇ ਮੈਡਲ ਜਿੱਤੇ ਹਨ ਬਸ ਇਹ ਕੁਐਸਚਨ ਹੈ ਤੇ ਓਵਰਆਲ ਮੈਡਲ ਸੂਚੀ ਦੇ ਵਿੱਚ ਇੰਡੀਆ ਰਿਹਾ ਦੂਜੇ ਨੰਬਰ ਤੇ ਉੱਤੇ ਕਿੰਵੇਂ ਨੰਬਰ ਤੇ ਰਿਹਾ ਦੂਜੇ ਨੰਬਰ ਤੇ ਰਿਹਾ ਟੋਟਲ ਮੈਡਲ ਇੰਡੀਆ ਨੇ ਕਿੰਨੇ ਜਿੱਤੇ ਹਨ ਕੋਈ ਗੱਲ ਨਹੀਂ ਜੇ ਲੇਟ ਹੋ ਗਏ ਫਿਰ ਕੀ ਹੋ ਗਿਆ 17 ਵਾਲੇ ਸਾਰੇ ਸਹੀ ਐ ਤੁਹਾਡੇ ਆਨਸਰ ਤਾਂ ਸਾਰਿਆਂ ਦੇ ਸਹੀ ਜਾਂਦੇ ਆ ਠੀਕ ਹੈ ਯਾਨੀ ਕਿ ਤੁਹਾਡੀ ਤਿਆਰੀ ਨੈਕਸਟ ਹੈ ਜੀ ਜਪਾਨ ਓਪਨ ਬੈਡਮਿੰਟਨ ਦਾ ਹੈਗਾ ਇਹ ਵੀ ਉਸ ਸਿੰਗਲ ਦਾ ਟਾਈਟਲ ਕਿਹਨੇ ਜਿੱਤਿਆ ਇਹ ਦੱਸੋ ਆਏ ਓਪਨ ਵਾਲੇ ਜਿੰਨੇ ਵੀ ਕੁਸ਼ਚਨ ਹੈ ਅੱਜ ਨਿਬੜ ਜਾਣਗੇ ਬਈ ਸਾਰੇ ਟੈਨਸ਼ਨ ਨਾ ਲਓ ਮੈਨੂੰ ਪਤਾ ਤੁਹਾਨੂੰ ਬਹੁਤ ਡਰ ਲੱਗ ਰਿਹਾ ਹੈ ਓਪਨ ਓਪਨ ਪਰ ਕੀ ਕਰੀਏ ਵਿਕਟਰ ਐਲੈਕਸਨ ਡੈਨਮਾਰਕ ਦਾ ਹੈ ਇਹਨੇ ਜਿੱਤਿਆ ਜਪਾਨ ਓਪਨ ਹੁਣ ਜੇ ਆਪਾਂ ਵੂਮਨ ਸਿੰਗਲ ਟਾਈਟਲ ਦੀ ਗੱਲ ਕਰੀਏ ਤਾਂ ਇਹ ਜਿੱਤਿਆ ਐਨਸੀ ਯੰਗ ਸਾਊਥ ਕੋਰੀਆ ਨੇ ਤਾਂ ਐਨਸੀ ਯੰਗ ਨੇ ਤਾਂ ਬਹੁਤ ਸਾਰੇ ਓਪਨ ਹੋ ਗਏ ਸਾਲ ਦੇ ਉਹ ਵੀ ਤੁਸੀਂ ਈਜ਼ੀਲੀ ਯਾਦ ਰੱਖ ਸਕਦੇ ਹੋ ਜਿੰਨੇ ਵੀ ਨੇ ਓਪਨ ਜਿੱਤੇ ਸਾਰਿਆਂ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੇ ਕਿਸ ਦੇਸ਼ ਨੂੰ ਹਰਾ ਕੇ ਟੋਰਨੀਓ ਡੈਲ ਸੈਂਟਰੀਓ 2023 ਜਿੱਤਿਆ ਭਾਈ ਇਹ ਇਹ ਇੰਪੋਰਟੈਂਟ ਹੈ ਕੁਐਸਚਨ ਇੰਡੀਆ ਦੀ ਹਾਕੀ ਟੀਮ ਹੈ ਵੂਮਨਸ ਦੀ ਉਸਨੇ ਟੌਰਨੀਓ ਡੈਲ ਸੈਂਟਰੀਓ 2023 ਇਹ ਟਾਈਟਲ ਹੈ ਜਿਹੜਾ ਆ ਜਿੱਤਿਆ ਇੰਡੀਆ ਦੀ ਹਾਕੀ ਟੀਮ ਨੇ ਤਾਂ ਕੁਐਸਚਨ ਤੁਹਾਨੂੰ ਇਹ ਸਿੱਧਾ ਵੀ ਆ ਸਕਦਾ ਹੈ ਕਿ ਟੌਰਨੀਓ ਡੈਲ ਸੈਂਟਰੀਓ 2023 ਇਹ ਟਾਈਟਲ ਜਾਂ ਇਹ ਹਾਕੀ ਟੂਰਨਾਮੈਂਟ ਕਿਸ ਨੇ ਜਿੱਤਿਆ ਕਿਸ ਨੇ ਜਿੱਤਿਆ ਤਾਂ ਇਹ ਜਿੱਤਿਆ ਇੰਡੀਆ ਨੇ ਕਿਸ ਨੂੰ ਹਰਾਇਆ ਕਿਸ ਨੂੰ ਹਰਾਇਆ ਸਾਊਥ ਕੋਰੀਆ ਤਾਂ ਆਪਸ਼ਨ ਦੇ ਵਿੱਚ ਵੀ ਨਹੀਂ ਹੈਗਾ ਸਪੇਨ ਰਾਈਟ ਆਨਸਰ ਹੈ ਸਪੇਨ اچھا ਸਾਊਥ ਕੋਰੀਆ ਪਿਛਲੇ ਦਾ ਹੋਣਾ ਤੁਹਾਡਾ ਠੀਕ ਹੈ ਠੀਕ ਹੈ ਸਪੇਨ ਸਪੇਨ ਰਾਈਟ ਆਨਸਰ ਹੈ ਚਲੋ ਇਸ ਕੁਐਸਚਨ ਦਾ ਆਨਸਰ ਦਿਓ ਤੁਸੀਂ ਇਹਨਾਂ ਚਲੋ ਹਾਂ ਕੁਐਸਚਨ ਕੀ ਹੈ ਭਾਰਤ ਵਿੱਚ ਯੁਵਾ ਫੁੱਟਬਾਲ ਨੂੰ ਉਤਸ਼ਾਹਿਤ ਕਰਨ ਅਤੇ ਉੱਚਾ ਚੁੱਕਣ ਲਈ অল ইন্ডিয়া ফুটবল ফেডারেশন ਨੇ ਤਾਂ অল ইন্ডিয়া ফুটবল ফেডারেশন ਦੇ ਨਾਲ ਇੱਕ ਐਮਓਯੂ ਉੱਤੇ ਕਿਸ ਨੇ ਦਸਤਖਤ ਕੀਤੇ ਹਨ ਤਾਂ ਕਿਹੜਾ ਸਕੂਲ ਜਾਂ ਕਿਹੜਿਆ ਕਿਹੜੀ ਸੰਸਥਾ ਹੈ ਬਈ ਜਿਸ ਨੇ অল ইন্ডিয়া ফুটবল ফেডারেশন ਜਿਹੜੀ ਕਿ ਪੂਰੀ ਇੰਡੀਆ ਦੇ ਵਿੱਚ ਫੁੱਟਬਾਲ ਨੂੰ ਮੈਨੇਜ ਕਰਦੀ ਹੈ ਸੰਸਥਾ ਜਿਵੇਂ ক্রিকেট ਨੂੰ ਮੈਨੇਜ ਕੌਣ ਕਰਦੀ ਹੈ ক্রিকেট ਨੂੰ ਮੈਨੇਜ ਕਰਦੀ ਹੈ ਬੀਸੀਸੀਆਈ ਇੰਡੀਆ ਦੇ ਵਿੱਚ ਇਦਾਂ ਹੀ ਫੁੱਟਬਾਲ ਨੂੰ ਮੈਨੇਜ ਕੌਣ ਕਰਦੀ ਹੈ ਆਈ ਸੌਰੀ ਆਈਐਫਐਫ ਆਲ ਇੰਡੀਆ ਫੁੱਟਬਾਲ ਹਾਈਡਰੇਸ਼ਨ ਤਾਂ ਇਹਨਾਂ ਨੇ ਕਿਹਨਾਂ ਦੇ ਨਾਲ ਸਮਝੌਤਾ ਕਰਿਆ ਤਾਂ ਕਿ ਫੁੱਟਬਾਲ ਨੂੰ ਬढ़ावा ਮਿਲ ਸਕੇ ਇੰਡੀਆ ਦੇ ਵਿੱਚ ਠੀਕ ਹੈ ਹਾਂ ਭਾਈ ਸੁਬਰਤੋ ਮੁਖਰਜੀ ਸਪੋਰਟਸ ਐਜੂਕੇਸ਼ਨ ਸੁਸਾਇਟੀ ਸੁਬਰਤੋ ਕੱਪ ਵੀ ਹੁੰਦਾ ਹੈ ਇਹ ਵੀ ਤੁਹਾਨੂੰ ਕਈ ਵਾਰ ਡਾਇਰੈਕਟ ਆ ਜਾਂਦਾ ਹੈ ਕੁਐਸਚਨ ਕਿ ਸੁਬਰਤੋ ਕੱਪ ਕਿਹੜੀ ਗੇਮ ਨਾਲ ਸੰਬੰਧਿਤ ਹੈ ਫੁੱਟਬਾਲ ਨਾਲ ਸੰਬੰਧਿਤ ਹੈ ਠੀਕ ਹੈ ਓਕੇ ਚਲੋ ਨੈਕਸਟ ਆਓ ਨੈਕਸਟ ਪ੍ਰਸ਼ਨ ਤੇ ਆਓ ਬਈ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਇਹ ਜਿਹੜਾ ਓਪਨ ਹੈ ਆਸਟ੍ਰੇਲੀਅਨ ਓਪਨ ਠੀਕ ਹੈ ਇਹ ਇੰਡੀਅਨ ਨੇ ਜਿੱਤਿਆ ਦੇਖੋ ਚੀਨ ਦੇ ਵੇਂਗ ਯੋਂਗ ਵੇਂਗ ਯੋਂਗ ਯਾਂਗ ਨੂੰ ਵੇਂਗ ਹੋਂਗ ਯਾਂਗ ਠੀਕ ਹੈ ਚੀਨ ਦੇ ਵੇਂਗ ਹੋਂਗ ਯਾਂਗ ਨੂੰ ਓਕੇ 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 ਸੌਰੀ 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 ਠੀਕ ਹੈ ਉਹ ਜਿੱਤੇ ਆ ਇੰਡੀਆ ਵਾਲਾ ਆਪਣਾ ਹਾਰਿਆ ਚੀਨ ਦੇ ਵੇਂਗ ਯੰਗ ਹੰਗ ਨੇ ਸਿਡਨੀ ਵਿੱਚ ਆਯੋਜਿਤ ਆਸਟ੍ਰੇਲੀਅਨ ਓਪਨ 2023 ਵਿੱਚ ਕਿਸ ਭਾਰਤੀ ਬੈਡਮਿੰਟਨ ਖਿਡਾਰੀ ਨੂੰ ਹਾ ਕੇ ਪੁਰਸ਼ ਸਿੰਗਲ ਟਾਈਟਲ ਹੈ ਜਿਹੜਾ ਉਹ ਜਿੱਤਿਆ ਐ ਨਹੀਂ ਆਪਾਂ ਫਾਈਨਲ 'ਚ ਹਾਰੇ ਆ ਠੀਕ ਹੈ ਓਕੇ ਹਾਂਜੀ ਐਨੀ ਆਈਡੀਆ ਕੌਣ ਹਾਰਿਆ ਸੀਗਾ ਫਾਈਨਲ ਦੇ ਵਿੱਚ ਐਚ ਐਸ ਪਰਨੋਏ ਸਿੰਗਲ ਟਾਈਟਲ ਦੀ ਜਹਾ ਜਿੱਥੇ ਗੱਲ ਚੱਲ ਰਹੀ ਹੈ ਨਾ ਪਹਿਲੀ ਗੱਲ ਤਾਂ ਆ ਦੇਖ ਲਓ ਆ ਜਿਹੜੇ ਦੋ ਬੰਦੇ ਹੈਗੇ ਚਿਰਾਗ ਸਿੱੱਠੀ ਤੇ ਸਤਵਿਕ ਸਾਈ ਰਾਜ ਇਕੱਠੇ ਖੇਡਦੇ ਆ ਠੀਕ ਹੈ ਤੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਜੇ ਬੈਡਮਿੰਟਨ ਦੇ ਵਿੱਚ ਕੋਈ ਡਬਲ ਟਾਈਟਲ ਪੁੱਛ ਰਹੇ ਆ ਕਿ ਕਿਨੇ ਜਿੱਤੇ ਆ ਤੁਹਾਨੂੰ ਨਹੀਂ ਪਤਾ ਤੇ ਇਹ ਦੋ ਬੰਦੇ অপਸ਼ਨ ਦੇ ਵਿੱਚ ਹੈ ਇਹਨਾਂ ਤੇ ਤੁੱਕਾ ਮਾਰ ਸਕਦੇ ਹੋ ਤੁਸੀਂ ਠੀਕ ਹੈ ਇਸ ਬਾਰ ਪੂਰੇ ਚਰਚਾ ਚ ਰਹੇ ਆ ਬਹੁਤ ਮੈਡਲ ਇਹਨਾਂ ਨੇ ਲੈਣ ਕੇ ਦੇਈਆਂ ਸਾਨੂੰ ਠੀਕ ਹੈ ਮੇਜਰ ਧਿਆਨ ਚੰਦ ਖੇਲ ਰਤਨ ਵੀ ਇਹਨਾਂ ਨੂੰ ਮਿਲਿਆ ਇਸ ਵਾਰ ਦਾ ਮੇਜਰ ਧਿਆਨ ਚੰਦ ਖੇਲ ਰਤਨ ਇਹਨਾਂ ਦੋਹਾਂ ਨੂੰ ਮਿਲਿਆ ਬਈ ਚਿਰਾਗ ਸ਼ੈੱਠੀ ਨੂੰ ਤੇਜਸ ਨੂੰ ਤੇ ਐਚਐਸ ਪਰਨੋਏ ਜਿਹੜੇ ਸੀਗੇ ਇਸ ਵਾਰ ਫਾਈਨਲ 'ਚ ਹਾਰੇ ਆ ਚੀਨ ਦੇ ਵਿੰਗ ਹੋਂਗ ਯਾਂਗ ਤੋਂ ਸਿਡਨੀ ਵਿੱਚ ਸੀਗਾ ਜੀ ਆਸਟ੍ਰੇਲੀਅਨ ਓਪਨ ਬੈਡਮਿੰਟਨ ਦਾ ਠੀਕ ਹੈ ਕਿ ਇਸ ਦੇਸ਼ ਦੀ ਪੁਰਸ਼ ਔਕੀ ਟੀਮ ਨੇ ਮਲੇਸ਼ੀਆ ਨੂੰ ਹਰਾ ਕੇ ਏਸ਼ੀਅਨ ਚੈਂਪੀਅਨਸ ਟਰੋਫੀ ਇਹ ਜਿੱਤੀ ਹੈ ਬਹੁਤ ਹੀ ਬੜੀਆ ਕੁਐਸਚਨ ਏਸ਼ੀਅਨ ਚੈਂਪੀਅਨ ਟਰੋਫੀ ਚ ਇਹ ਨਹੀਂ ਚੇਨਈ ਦੇ ਵਿੱਚ ਹੋਈ ਸੀ ਕਿੱਥੇ ਚੇਨਈ ਦੇ ਵਿੱਚ ਤਾਂ ਏਸ਼ੀਅਨ ਚੈਂਪੀਅਨ ਟਰੋਫੀ ਜਿਹੜੀ ਚੇਨਈ 'ਚ ਹੋਈ ਸੀ ਉਸ ਦੇ ਵਿੱਚ ਫਾਈਨਲ ਦੇ ਵਿੱਚ ਹਾਰੀ ਹੈ ਮਲੇਸ਼ੀਆ ਜਿੱਤਿਆ ਕੌਣ ਹੈ ਯਾਨੀ ਏਸ਼ੀਆ ਦਾ ਹਾਕੀ ਦਾ ਚੈਂਪੀਅਨ ਕੌਣ ਬਣਿਆ ਇਹ ਦੱਸੋ ਏਸ਼ੀਆ ਦੇ ਹਾਕੀ ਦਾ ਚੈਂਪੀਅਨ ਕੌਣ ਬਣਿਆ ਏਸ਼ੀਆ ਦੀ ਹਾਕੀ ਦਾ ਚੈਂਪੀਅਨ ਆਫਕੋਰਸ ਇੰਡੀਆ ਜਿੱਤੀ ਹੈ ਚੈਂਪੀਅਨ ਟ੍ਰੋਫੀ ਤਾਂ ਇੰਡੀਆ ਨੇ ਕਿਸ ਨੂੰ ਹਰਾਇਆ ਮਲੇਸ਼ੀਆ ਨੂੰ ਹਰਾਇਆ ਤੇ ਪੂਰੇ ਏਸ਼ੀਆਈ ਚੈਂਪੀਅਨਸ਼ਿਪ ਆਪਣੇ ਨਾਮ ਕਰੀਆ ਤਾਂ ਯਾਦ ਰੱਖਣਾ ਹੈ ਬਹੁਤ ਬਹੁਤ ਇੰਪੋਰਟੈਂਟ ਹੈ ਕਿੱਥੇ ਹੋਇਆ ਸੀਗਾ ਚੈਂਪੀਅਨਸ਼ਿਪ ਇਹ ਚੇਨਈ ਚ ਹੋਈ ਸੀ ਕਿ ਇਹ ਯਾਦ ਰੱਖਣਾ ਹੈ ਫਾਈਨਲ ਚ ਕਿਹੜੀ ਟੀਮ ਹਾਰੀ ਹੈ ਮਲੇਸ਼ੀਆ ਹਾਰੀ ਹੈ ਇਹ ਵੀ ਯਾਦ ਰੱਖਣਾ ਨੈਕਸਟ ਆਓ ਜੀ ਕਿਸ ਦੇਸ਼ ਦੀ ਮਹਿਲਾ ਫੁੱਟਬਾਲ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਫੀਫਾ ਮਹਿਲਾ ਵਰਲਡ ਕੱਪ 2023 ਜਿੱਤਿਆ ਮਤਲਬ ਇਸ ਕੁਐਸਚਨ ਦੀ ਇੰਪੋਰਟੈਂਸ ਦਾ ਕੋਈ ਵੀ ਲੈਵਲ ਨਹੀਂ FIFA ਊਮੈਨਸ ਵਰਲਡ ਕੱਪ ਕਿਸ ਨੇ ਜਿੱਤਿਆ FIFA ਊਮੈਨਸ ਵਰਲਡ ਕੱਪ ਕਿਸ ਨੇ ਜਿੱਤਿਆ ਜਿਵੇਂ ਮੈਨਸ ਦਾ ਵਰਲਡ ਕੱਪ ਹੁੰਦਾ ਉਦਾਂ ਹੀ ਊਮੈਨਸ ਦਾ ਵੀ ਵਰਲਡ ਕੱਪ ਹੈ FIFA ਦਾ ਫੁੱਟਬਾਲ ਦਾ ਸਮਝ ਗਿਆ ਗੱਲ ਬਹੁਤ 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 ਹੀ ਜ਼ਿਆਦਾ ਇੰਪੋਰਟੈਂਟ ਹੈ ਇਹ ਕੁਐਸਚਨ ਇਸ ਨੂੰ ਇਹਦੇ ਨਾਲ ਰਿਲੇਟਡ ਹੋਰ ਫੈਕਟ ਵੀ ਦੇਖਦੇ ਆਪਾਂ ਜਿਵੇਂ FIFA ਫੁੱਟਬਾਲ ਵਰਲਡ ਕੱਪ ਇਹ ਮਹਿਲਾਵਾਂ ਦਾ ਕਿੱਥੇ ਹੋਇਆ ਸੀ ਫਾਈਨਲ ਚ ਕੌਣ ਹਾਰੀ ਐ ਦੇਖੋ ਸਪੇਨ ਜਿੱਤਿਆ ਤੇ ਫਾਈਨਲ ਚ ਹਾਰੀ ਕੌਣ ਐ ਫਾਈਨਲ ਚ ਹਾਰੀ ਸੀਗੀ ਇੰਗਲੈਂਡ ਇਹ ਸਾਰੀ ਗੱਲਾਂ ਯਾਦ ਰੱਖਣ ਵਾਲੀ ਹੈਗੀਆਂ ਸਕਰੀਨ ਸ਼ਾਟ ਲੈ ਲਿਓ ਤਾਂ 2023 ਦੇ ਵਿੱਚ ਜਿਹੜਾ FIFA ਵਰਲਡ ਕੱਪ ਹੋਇਆ ਇਹ ਹੋਇਆ ਕਿੱਥੇ ਪਹਿਲਾਂ ਤਾਂ ਇਹ ਹੀ ਯਾਦ ਰੱਖਣਾ ਹੈ ਹੋਸਟ ਕੰਟਰੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਬਈ ਠੀਕ ਐ ਯਾਦ ਰੱਖਣਾ ਹੈ ਚੈਂਪੀਅਨ ਸਪੇਨ ਜਿੱਤੀ ਐ ਪਹਿਲੀ ਵਾਰ ਫਸਟ ਟਾਈਟਲ ਕਿਹਦਾ ਰਿਹਾ ਸਪੇਨ ਦਾ ਮਤਲਬ ਫਸਟ ਟਾਈਟਲ ਐ ਸਪੇਨ ਦਾ ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਰਨਰ ਅਪ ਫਾਈਨਲ ਚ ਕੌਣ ਹਾਰੀ ਹੈ ਇੰਗਲੈਂਡ ਤੀਜੇ ਨੰਬਰ ਤੇ 스웨덴 ਚੌਥੇ ਤੇ ਆਸਟ੍ਰੇਲੀਆ ਚ ਇਹ ਨਾ ਵੀ ਯਾਦ ਰੱਖਿਓ ਕੋ ਚੱਕਰ ਨਹੀਂ ਠੀਕ ਹੈ ਬਾਕੀ ਰਹੀ ਗੱਲ ਬਈ ਟੌਪ ਸਕੋਰਰ ਦੀ ਟੌਪ ਸਕੋਰਰ ਕੌਣ ਹੈ ਇਨਾਤਾ ਹੋਗੀ ਤੇ ਜਾਪਾਨ ਦੀ ਹੈ ਬੈਸਟ ਪਲੇਅਰ ਹੈ ਇਤਾਨਾ ਹੋਗੀ ਸਪੇਨ ਦੀ ਬੈਸਟ ਯੰਗ ਪਲੇਅਰ ਸਲਮਾ ਹੋਗੀ ਸਪੇਨ ਦੀ ਤੇ ਬੈਸਟ ਗੋਲ ਕੀਪਰ ਮੈਰੀ ਅਰਪਸ ਹੋਗੀ ਇੰਗਲੈਂਡ ਦੀ ਤੇ ਫੇਅਰ ਪਲੇ ਅਵਾਰਡ ਮਿਲਿਆ ਜਾਪਾਨ ਨੂੰ ਇਹ ਗੱਲਾਂ ਬਾਅਦ ਦੀ ਯਾਦ ਰੱਖਣ ਦੀ ਹੁੰਦੀਆਂ ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਰੱਖਣਾ ਹੈ ਕਿ ਜਿਹੜਾ FIFA ਵਿਮੈਨਸ ਵਰਲਡ ਕੱਪ ਹੋਇਆ ਉਹ ਜਾਪਾਨ ਜਪਾਨੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚੋਂ ਹੈ ਜਿੱਤਿਆ ਕੋਣ ਹੈ ਸਪੇਨ ਤੇ ਫਾਈਨਲ 'ਚ ਹਾਰਿਆ ਕੋਣ ਹੈ ਇੰਗਲੈਂਡ ਠੀਕ ਹੈ ਓਕੇ ਐਡੀਸ਼ਨ ਦੇਖੋ ਇੱਕ ਦਾ ਕਿਆ ਮੈਂ ਐਡੀਸ਼ਨ ਹੈ ਇੱਕ ਵਾਰ ਚੈੱਕ ਕਰਕੇ ਮੈਨੂੰ ਦੱਸੋ ਐਡੀਸ਼ਨ ਕਿਆ ਮਾ ਸੀਗਾ FIFA ਵਰਲਡ ਕੱਪ ਦਾ ਵਿਮੈਨਸ ਦਾ ਠੀਕ ਹੈ ਚਲੋ ਨੈਕਸਟ ਆਓ ਸੰਯੁਕਤ ਵਿਸ਼ਵ ਪੁਸਤੀ ਦੁਆਰਾ ਸੰਯੁਕਤ ਵਿ ਉਹ ਯਾਰ ਚਲੋ ਕੋਈ ਗੱਲ ਨਹੀਂ ਬੈਸੀ ਬਈ ਕੁਐਸਚਨ ਤੁਹਾਨੂੰ ਆਲਰੇਡੀ ਪਤਾ ਹੀ ਹੈ ਕਿ ਜਿਹੜੀ ਯੂनाइटेड वर्ल्ड ਰੈਸਲਿੰਗ ਹੈਗੀ ਆ ਯੂनाइटेड वर्ल्ड ਰੈਸਲਿੰਗ ਸੰਯੁਕਤ ਵਿਸ਼ਵ ਕੁਸ਼ਤੀ ਸੰਯੁਕਤ ਵਿਸ਼ਵ ਕੁਸ਼ਤੀ ਉਹਨਾਂ ਨੇ ਕਿਹੜੇ ਦੇਸ਼ ਦੀ ਕੁਸ਼ਤੀ ਸੰਗਠਨ ਨੂੰ ਸਸਪੈਂਡ ਕਰਤਾ ਸੀਗਾ ਤਾਂ ਇਹ ਇੰਨਾ ਜ਼ਿਆਦਾ ਨਿਊਜ਼ ਦੇ ਵਿੱਚ ਤਾਂ ਰਿਹਾ ਆਪਣੇ ਇੰਡੀਆ ਦਾ ਜਿਹੜਾ ਕੁਸ਼ਤੀ ਸੰਗ ਹੈ ਠੀਕ ਹੈ ਉਹ ਸਸਪੈਂਡ ਹੋ ਚੁਕਿਆ ਸੀਗਾ ਉਹ ਬ੍ਰਿਜ ਭੂਸ਼ਣ ਕਰਕੇ ਠੀਕ ਹੈ ਨਾ ਨੋਮਾ ਸੀਗਾ ओके ਤਾਂ ਇਹ ਤਾਂ ਇੰਡੀਆ ਇਹ ਤਾਂ ਤੁਹਾਨੂੰ ਆਲਰੇਡੀ ਪਤਾ ਹੀ ਹੈ ਬ੍ਰਿਜ ਬੂਸਣ ਨੂੰ ਫਿਰ ਜਿਹੜਾ ਹੈ सस्पेंड ਕਰਤਾ ਸੀਗਾ ਮਤਲਬ ਉਹਨੇ ਅਸਤੀਫਾ ਦਿੱਤਾ ਸਸਪੈਂਡ ਤਾਂ ਉਹਨੂੰ ਕੀ ਕਰਨਾ ਸੀਗਾ ਬਾਅਦ ਦੇ ਵਿੱਚ ਹੁਣੇ ਪਿਛਲੇ ਮਹੀਨੇ ਇਲੈਕਸ਼ਨ ਹੋਏ ਐ ਤੇ ਉਹਦਾ ਹੀ ਇੱਕ ਖਾਸ ਬੰਦਾ ਇਲੈਕਸ਼ਨ ਜਿੱਤ ਗਿਆ ਹੈ ਨਾ ਤਾਂ ਉਹ ਸਾਰਾ ਕੁਝ ਕੰਟਰੋਵਰਸੀ ਹਾਲੇ ਤੱਕ ਕੰਟਰੋਵਰਸੀ ਚੱਲੀ ਹੋਈ ਹੈ ਫਿਰ ਜਾ ਕੇ ਉਹਨਾਂ ਨੇ ਪਹਿਲਵਾਨਾਂ ਨੇ ਮੈਡਲ ਵਾਪਸ ਕਰਤੇ ਪਹਿਲਵਾਨੀ ਛੱਡਤੀ ਉਹ ਸਾਰਾ ਕੁਝ ਚੱਲੇ ਹੋਇਆ ਉਹ ਜੁਲਾਈ ਤੋਂ ਹੀ ਸ਼ੁਰੂ ਹੋ ਗਿਆ ਸੀਗਾ ਜਦੋਂ ਇਹ ਸਸਪੈਂਡ ਕਰਿਆ ਮਤਲਬ ਠੀਕ ਹੈ ਚਲੋ ਅੱਗੇ ਵਿਸ਼ਵ ਸਤਰੰਜ ਫੈਡਰੇਸ਼ਨ ਆ ਸੰਸਥਾ ਹੈਗੀ ਹੈ ਜੀ FIDE ਠੀਕ ਹੈ World Chess Federation FIDE ਪੂਰੀ ਦੁਨੀਆ ਦੇ ਵਿੱਚ ਚੈਸ ਨੂੰ ਮੈਨੇਜ ਕਰਦੀ ਹੈ ਤਾਂ ਇਹਨਾਂ ਦਾ ਹੈਗਾ ਜੀ ਵਿਸ਼ਵ ਰੈਪਿਡ ਟੀਮ ਚੈਂਪੀਅਨਸ਼ਿਪ ਵਿਸ਼ਵ ਰੈਪਿਡ ਟੀਮ ਚੈਂਪੀਅਨਸ਼ਿਪ 2023 ਦਾ ਪਹਿਲਾ ਐਡੀਸ਼ਨ ਕਿਸ ਟੀਮ ਨੇ ਜਿੱਤਿਆ ਇਹ ਹੋਇਆ ਕਿੱਥੇ ਸੀਗਾ ਇਹ ਹੋਇਆ ਸੀਗਾ ਜੀ ਡੂਸਲਡੋਰਫ ਜਰਮਨੀ ਵਿੱਚ ਕਿੱਥੇ ਹੋਇਆ ਡੂਸਲਡੋਰਫ ਜਰਮਨੀ ਇਹ ਤਾਂ ਕਿੱਥੇ ਹੋਇਆ ਤਾਂ ਚਲੋ ਕੀ ਯਾਦ ਰੱਖਣਾ ਬਸ ਇਹ ਯਾਦ ਰੱਖੋ ਕਿ ਕਿਹਨੇ ਜਿੱਤਿਆ ਤਾਂ ਵਿਸ਼ਵ ਰੈਪਿਡ ਟੀਮ ਚੈਂਪੀਅਨਸ਼ਿਪ 2023 ਦਾ ਪਹਿਲਾ ਐਡੀਸ਼ਨ ਕਿਸ ਨੇ ਜਿੱਤਿਆ ਇਹ ਚੈਸ ਦਾ ਟੂਰਨਾਮੈਂਟ ਹੈਗਾ ਆ ਕਿਹਨੇ ਜਿੱਤਿਆ ਬ੍ਰਿਜ ਭੂਸ਼ਣ ਹੋਰ ਕੀ ਨਾਮ ਹੁੰਦਾ ਬ੍ਰਿਜ ਭੂਸ਼ਣੀਤਾ ਹੈ ਬ੍ਰਿਜ ਭੂਸ਼ਣ ਸਰਣ ਸਿੰਘ ਇਹੀ ਤਾਂ ਨਾਮ ਹੈ ਉਹਦਾ ਹਾਂਜੀ ਕਿਨੇ ਜਿੱਤਿਆ WRS ਨੇ ਕਿਨੇ ਜਿੱਤਿਆ ਜੀ WRS ਨੈਕਸਟ ਆਓ ਭਾਈ ਭਾਰਤ ਵਿੱਚ ਫੁੱਟਬਾਲ ਇਕੋਸਿਸਟਮ ਨੂੰ ਡਿਵੈਲਪ ਕਰਨ ਦੇ ਲਈ ਵਿਕਸਿਤ ਕਰਨ ਦੇ ਲਈ ਕਿਸ ਰਾਜ ਸਰਕਾਰ ਨੇ ਡਿਊਜ਼ ਫੁੱਟਬਾਲ ਲੀਗਾ ਦੇ ਨਾਲ ਜਾਂ ਲੀਗਾ ਜਾਂ ਲੀਗ ਦੇ ਨਾਲ ਹੈ ਜਿਹੜਾ ਇੱਕ ਸਮਝੌਤਾ ਸਾਈਨ ਕਰਿਆ ਇੰਡੀਆ ਦੀ ਕਿਹੜੀ ਸਟੇਟ ਨੇ ਫੁੱਟਬਾਲ ਨੂੰ ਪ੍ਰਮੋਟ ਕਰਨ ਦੇ ਲਈ ਡਿਊਸ ਫੁੱਟਬਾਲ ਲੀਗ ਦੇ ਨਾਲ ਹੈ ਜਿਹੜਾ ਇੱਕ ਸਮਝੋਤ ਹੈ ਜਿਹੜਾ ਐਮਓਯੂ ਉਹ ਸਾਈਨ ਕਰਿਆ ਇੰਪੋਰਟੈਂਟ ਹੈ ਭਾਈ ਪੈਸਟ ਬੰਗਾਲ ਤਾਂ ਨਹੀਂ ਹੈਗਾ ਮਹਾਰਾਸ਼ਟਰਾ ਮਹਾਰਾਸ਼ਟਰਾ ਰਾਈਟ ਆਨਸਰ ਹੈ ਠੀਕ ਹੈ ਨੈਕਸਟ ਪੁੱਟਪ ਵੈਸਟ ਬੰਗਾਲ ਵਾਲਿਆਂ ਨੇ ਵੀ ਕਰਿਆ ਉਹ ਹੋਰ ਨਾਲ ਕਰਿਆ ਉਹ ਹੋਰ ਹੈ ਕੋਈ ਵੈਸਟ ਬੰਗਾਲ ਵਾਲਾ ਕੋਈ ਹੋਰ ਹੈ ਪੜਾਂਗੇ ਉਹਨੂੰ ਵੀ ਅੱਗੇ ਭਾਰਤੀ ਮਹਿਲਾ ਕਿ ਹਾਕੀ ਟੀਮ ਨੇ ਕਿਸ ਦੇਸ਼ ਨੂੰ ਹਰਾ ਕੇ ਸਲਾਹਾ ਓਮਾਨ ਵਿੱਚ ਆਯੋਜਿਤ ਪਹਿਲਾ ਮਹਿਲਾ ਹਾਕੀ 5 ਏਸ਼ੀਆ ਕੱਪ ਹੈ ਜਿਹੜਾ ਉਹ ਜਿੱਤਿਆ ਤਾਂ ਊਮੈਨਸ ਦਾ ਪਹਿਲਾ ਟੂਰਨਾਮੈਂਟ ਸੀਗਾ ਜੀ ਇਹ ਫਸਟ ਊਮੈਨਸ ਹਾਕੀ 5 ਐਸ ਏਸ਼ੀਆ ਕੱਪ ਊਮੈਨਸ ਹਾਕੀ 5 ਐਸ ਏਸ਼ੀਆ ਕੱਪ ਹੈ ਜਿਹੜਾ ਇਹ ਪਹਿਲੀ ਵਾਰ ਆਯੋਜਿਤ ਹੋਇਆ ਸੀ ਤੇ ਕਿੱਥੇ ਹੋਇਆ ਸੀਗਾ ਸਲਾਲਾਹਾ ਓਮਾਨ ਦੇ ਵਿੱਚ ਹੋਇਆ ਸੀ ਇਹਨੂੰ ਜਿੱਤਿਆ ਕਿਸ ਨੇ ਹੈ ਇੰਡੀਆ ਨੇ ਜਿੱਤਿਆ ਕਿਨੇ ਜਿੱਤਿਆ ਇੰਡੀਆ ਨੇ ਜਿੱਤਿਆ ਤੇ ਫਾਈਨਲ ਚ ਹਾਰਾਇਆ ਕਿਨੂੰ ਹੈ ਫਾਈਨਲ ਚ ਹਾਰਾਇਆ ਕਿਨੂੰ ਹੈ ਕਿੰਨੇ ਹੋਰ 파ਟ ਆਣਗੇ ਸਪੋਰਟਸ ਦੇ ਇੱਕ ਤਾਂ ਡੈਫੀਨਿਟਲੀ ਆਏਗਾ ਕੱਲ ਦਾ ਤੇ ਪਰਸੋ ਦਾ ਕੁਝ ਕਹਿ ਨਹੀਂ ਸਕਦਾ ਜੇ ਆਪਾਂ ਕੱਲ ਨੂੰ ਹੀ ਨਿਬੇੜ ਦਾਂਗੇ ਐਦਾਂ ਕਰ ਲਾਂਗੇ ਮੈਂ ਦੇਖ ਲਵਾਂ ਕਿੰਨੇ ਕੁਐਸਚਨ ਹੈ ਠੀਕ ਹੈ థਾਈਲੈਂਡ ਇਜ਼ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਚਲੋ ਨੈਕਸਟ ਆਓ ਭਾਰਤੀ ਪੁਰਸ਼ ਹਾਕੀ ਟੀਮ ਨੇ ਕਿਸ ਦੇਸ਼ ਨੂੰ ਹਰਾ ਕੇ ਉਹਿਆ ਸੇਮ ਮੈਨਸ ਦਾ ਵੀ ਕਿਨੇ ਜਿੱਤਿਆ ਇੰਡੀਆ ਨੇ ਹੀ ਜਿੱਤਿਆ ਕਿਸ ਨੂੰ ਹਰਾਇਆ ਯਾਨੀ ਊਮੈਨਸ ਦਾ ਵੀ ਇੰਡੀਆ ਨੇ ਹੀ ਜਿੱਤਿਆ ਤੇ ਮੈਨਸ ਦਾ ਵੀ ਇੰਡੀਆ ਨੇ ਹੀ ਜਿੱਤਿਆ ਬਸ ਊਮੈਨਸ ਨੇ THAILAND ਨੂੰ ਹਰਾਇਆ ਤੇ ਮੈਨਸ ਦੇ ਵਿੱਚ ਆਪਾਂ ਨੇ ਪਾਕਿਸਤਾਨ ਨੂੰ ਹਰਾਇਆ ਠੀਕ ਹੈ ਓਕੇ ਭਾਈ ਮੈਨਸ ਦੇ ਵਿੱਚ ਆਪਾਂ ਨੇ ਕਿਹਨੂੰ ਹਰਾਇਆ ਪਾਕਿਸਤਾਨ ਦਾ ਦੋਨੇ ਆਪਾਂ ਨੇ ਜਿੱਤੇ ਨੇ ਨੈਕਸਟ ਆਊਟ ਉਸ ਫੁੱਟਬਾਲ ਕਲੱਬ ਦਾ ਨਾਮ ਦੱਸੋ ਜਿਸ ਨੇ ਹਾਲ ਹੀ ਵਿੱਚ ਈਸਟ ਬੰਗਾਲ ਫੁੱਟਬਾਲ ਕਲੱਬ ਨੂੰ ਹਰਾਇਆ ਤੇ ਡੂਰੈਂਡ ਕੱਪ 2023 ਜਿੱਤਿਆ ਜਿਹੜਾ ਕਿ 132ਵਾਂ ਕੱਪ ਸੀਗਾ ਬਾਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਡੂਰੈਂਡ ਕੱਪ ਜਿਹੜਾ ਹੈਗਾ ਜੀ ਫੁੱਟਬਾਲ ਦਾ 올ਡੇਸਟ 올ਡੇਸਟ ਕੱਪ ਹੈ ਇੰਡੀਆ ਦੇ ਵਿੱਚ 올ਡੇਸਟ ਟੂਰਨਾਮੈਂਟ ਤੁਸੀਂ ਵੀ ਬੋਲ ਸਕਦੇ ਹੋ ਫੁੱਟਬਾਲ ਦਾ 올ਡੇਸਟ ਟੂਰਨਾਮੈਂਟ ਇੰਡੀਆ ਦੇ ਵਿੱਚ ਹੈਗਾ ਡੂਰੈਂਡ ਕੱਪ ਹੁਣ ਤੁਸੀਂ ਦੇਖ ਲਓ ਇਹਦਾ 132ਵਾਂ ਐਡੀਸ਼ਨ ਸੀਗਾ 132 ਮੈਡਿਸ਼ਨ ਠੀਕ ਹੈ ਇਸ ਨੂੰ ਜਿੱਤਿਆ ਕਿਨੇ ਆ ਇਹ ਦੱਸਣਾ ਤੇ ਫਾਈਨਲ ਦੇ ਵਿੱਚ ਹਰਾਇਆ ਕਿਸ ਨੂੰ ਆ ਫਾਈਨਲ ਦੇ ਵਿੱਚ ਹਰਾਇਆ ਈਸਟ ਬੰਗਾਲ ਫੁੱਟਬਾਲ ਕਲੱਬ ਨੂੰ ਈਸਟ ਬੰਗਾਲ ਫੁੱਟਬਾਲ ਕਲੱਬ ਨੂੰ ਹਰਾਇਆ ਤੇ ਜਿੱਤਿਆ ਕਿਨੇ ਆ ਇਹ ਦੱਸਣਾ ਸਮਝ ਗਏ ਡੂਰੰਡ ਗੱਪ ਕਿਹੜੀ ਗੇਮ ਨਾਲ ਸਬੰਧਤ ਹੈ ਕਈ ਵਾਰ ਇਦਾਂ ਦੇ ਸਿੰਪਲ ਜਿਹੇ ਕੁਐਸਚਨ ਵੀ ਆ ਜਾਂਦੇ ਆ ਇਹ ਸਬੰਧਤ ਹੈਗਾ ਜੀ ਫੁੱਟਬਾਲ ਦੇ ਨਾਲ ਇਦਾਂ ਦੇ ਕੁਐਸਚਨ ਆ ਜਾਂਦੇ ਆ ਠੀਕ ਹੈ ਇੰਡੀਆ ਦਾ ਸਭ ਤੋਂ ਪੁਰਾਣਾ ਫੁੱਟਬਾਲ ਦਾ ਟੂਰਨਾਮੈਂਟ ਹੈਗਾ ਆ ਇਹਦੇ ਵਿੱਚ ਕਲੱਬ ਖੇលਦੇ ਆ ਅਲੱਗ-ਅਲੱਗ ਸਿਟੀਜ਼ ਦੇ ਕਲੱਬ ਬਣੇ ਹੁੰਦੇ ਆ ਠੀਕ ਹੈ ਜਿਵੇਂ ਆਈਪੀਐਲ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੀ ਅਲੱਗ-ਅਲੱਗ ਸਟੇਟਾਂ ਦੀ ਟੀਮ ਹੈਗੀ ਐ ਇਦਾਂ ਕਰਕੇ ਤਾਂ 모ਹਨ ਬਗਾਨ ਨੇ ਜਿੱਤਿਆ ਬਈ ਸੁਪਰ ਇੰਪੋਰਟੈਂਟ ਹੈ ਯਾਦ ਰੱਖਣਾ ਠੀਕ ਹੈ ਨੈਕਸਟ ਆਪ ਭਾਰਤ ਨੇ ਬਾਕੂ ਅਜ਼ਰਬੈਜਾਨ ਵਿੱਚ ਆਯੋਜਿਤ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਆਈਐਸਐਸਐਫ ਠੀਕ ਹੈ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਜਿਹੜੀ ਪੂਰੀ ਦੁਨੀਆ ਦੇ ਵਿੱਚ ਸ਼ੂਟਿੰਗ ਗੇਮ ਨੂੰ ਮੈਨੇਜ ਕਰਦੀ ਹੈ ਤਾਂ ਇਹਨਾਂ ਦੀ ਵਿਸ਼ਵ ਚੈਂਪੀਅਨਸ਼ਿਪ 2023 ਦੇ ਵਿੱਚ ਕਿੱਥੇ ਹੋਈ ਸੀ ਇਹ ਵਿਸ਼ਵ ਚੈਂਪੀਅਨਸ਼ਿਪ 2023 ਬਾਕੂ ਅਜ਼ਰਬੈਜਾਨ ਵਿੱਚ ਆਯੋਜਿਤ ਠੀਕ ਹੈ ਇੱਥੇ ਕਿੰਨੇ ਮੈਡਲ ਜਿੱਤੇ ਤੇ ਤੀਜਾ ਸਥਾਨ ਪ੍ਰਾਪਤ ਕਰਿਆ ਯਾਨੀ ਇੰਡੀਆ ਦਾ ਇੱਥੇ ਰੈਂਕ ਆਇਆ 3rd ਤੇ ਆਪਣੇ ਮੈਡਲ ਕਿੰਨੇ ਆਏ ਹੈ ਆਪਣੇ ਮੈਡਲ ਕਿੰਨੇ ਸੀਗੇ ਆਪਣੇ ਮੈਡਲ ਕਿੰਨੇ ਸੀ 90 6 ਗਏ 90 ਕਿੰਨੇ 골ਡ ਹੈ ਕਿੰਨੇ ਸਿਲਵਰ ਹੈ ਕਿੰਨੇ ਬ੍ਰਾਂਂਜਾ ਇਦਾਂ ਵੀ ਪੁੱਛਿਆ ਜਾ ਸਕਦਾ ਹੈ ਉਹ ਵੀ ਜ਼ਰੂਰ ਦੇਖ ਲਿਓ ਲਓ ਬਈ ਬਹੁਤ 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 ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਮਤਲਬ ਕਿਆ ਹੀ ਕਹਾ ਬਸ ਟੈਨਿਸ ਦੇ ਚਾਰ ਗ੍ਰੈਂਡ ਸਲੈਮਾਂ ਦੇ ਵਿੱਚੋਂ ਤਿੰਨ ਆਪਾਂ ਕਰ ਚੁੱਕੇ ਆ ਹੁਣ ਚੌਥੇ ਦੀ ਵਾਰੀ ਹੈ US Open 2023 ਤਾਂ ਟੈਨਿਸ ਦੇ ਚਾਰ ਜਿਹੜੇ ਸਭ ਤੋਂ ਵੱਡੇ ਟੂਰਨਾਮੈਂਟ ਹੈਗੇ ਆ ਜਿਨੂੰ ਆਪਾਂ ਗ੍ਰੈਂਡ ਸਲੈਮ ਬੋਲਦੇ ਆ ਤਿੰਨ ਆਪਾਂ ਦੇਖ ਚੁੱਕੇ ਆ ਮੈਨਸ ਟਾਈਟਲ ਵੀ ਤੇ ਊਮੈਨਸ ਟਾਈਟਲ ਵੀ ਠੀਕ ਹੈ ਸਿੰਗਲ ਦੀ ਗੱਲ ਕਰ ਰਹੇ ਆ ਤਾਂ ਇਹਦੇ ਵਿੱਚ ਦੱਸਣਾ US Open ਜਿਹੜਾ ਬਚਿਆ ਹੋਇਆ ਸੀਗਾ ਅਮਰੀਕਾ 'ਚ ਹੁੰਦਾ ਹੈ ਮੇਲ ਸਿੰਗਲ ਟਾਈਟਲ ਕਿਹਨੇ ਜਿੱਤਿਆ ਨੋਵਾਕ 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 ਬਿਲਕੁਲ ਭਾਈ ਬਿਲਕੁਲ ਠੀਕ ਹੈ ਜੀ ਨੋਵਾਕ ਜੋਕੋਵਿਕ ਨੇ ਜਿੱਤਿਆ ਸਰਬੀਆ ਦੇ ਨੇ ਇਹਦੀ ਕੰਟਰੀ ਯਾਦ ਰੱਖਣੀ ਹੈ ਤੇ ਸੇਮ ਉਹੀ ਹੈ ਜੀ ਊਮੈਨਸ ਟਾਈਟਲ ਕਿਹਨੇ ਜਿੱਤਿਆ ਇਹ ਵੀ ਦੱਸੋ ਵੂਮੈਨਸ ਟਾਈਟਲ ਕਿਨੇ ਜਿੱਤਿਆ ਵੂਮੈਨਸ ਕੋਕੋ ਅੱਛਾ ਜੀ ਠੀਕ ਹੈ ਫਿਰ ਚਲੋ ਗੁੱਸਾ ਕਿਉਂ ਕਰ ਰਹੇ ਹੋ ਤਾਂ ਨੋਵਾਕ ਤੇ ਕੋਕੋ ਨੇ ਜਿੱਤਿਆ ਯੂਐਸਏ ਯੂਐਸਏ ਦੀ ਹੀ ਹੈਗੀ ਹੈ ਠੀਕ ਹੈ ਇਹ ਯਾਦ ਰੱਖਣਾ ਹੈ ਬਈ ਹੁਣ ਤੁਹਾਡੇ ਕੋਲ ਚਾਰੇ ਗ੍ਰੈਂਡ ਸਲੈਮ ਹੋ ਗਏ ਅੱਜ ਕੀ ਕਰਨਾ ਹੈ ਤੁਸੀਂ ਚਾਰੇ ਗ੍ਰੈਂਡ ਸਲੈਮ ਨੂੰ ਇੱਕ ਪੇਜ ਤੇ ਲਿਖ ਲੈਣਾ ਚਾਰਾਂ ਨੂੰ ਇਕੱਠੇ ਕਰਕੇ ਚਾਰਾਂ ਦਾ ਸਿੰਗਲ ਟਾਈਟਲ ਮੈਨ ਦਾ ਤੇ ਚਾਰਾਂ ਦਾ ਸਿੰਗਲ ਟਾਈਟਲ ਵੂਮੈਨਸ ਦਾ ਜਰੂਰ 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 ਯਾਦ ਕਰਨਾ ਹੈ ਚਾਹੇ ਕੁਝ ਹੋ ਜਾਏ ਠੀਕ ਹੈ ਤੇ ਬਈ ਇਹ men's double ਹੈ ਤੇ ਇਹ women's double ਹੈ। ਇਹ ਯਾਦ ਉਹਦੋਂ ਰੱਖਣੇ ਹੁੰਦੇ ਆ ਜਦੋਂ ਕੋਈ ਆਪਣੇ ਆਂ ਇੰਡੀਆ ਵਾਲਾ ਇਨਵੋਲਵ ਹੋਵੇ। ਪੈਸੇ ਮਤਲਬ ਇੰਡੀਆ ਵਾਲੇ ਤੈਨੂੰ ਪਤਾ ਹੀ ਹੈ। ਇੱਥੋਂ ਤੱਕ ਪਹੁੰਚਣਾ ਹੀ ਬਹੁਤ ਵੱਡੀ ਗੱਲ ਹੈ। ਤਾਂ double ਦੇ ਵਿੱਚ ਕੌਣ ਜਿੱਤਿਆ? ਰਾਜੀਵ ਰਾਮ ਜਿੱਤਿਆ। ਹੁਣ ਇਹਦਾ ਨਾਮ ਦੇਖ ਕੇ ਇੰਡੀਅਨ ਨਾ ਸਮਝ ਲੈਣਾ ਇਹਨੂੰ। ਆ ਅਮਰੀਕਾ ਦਾ ਹੀ ਹੈਗਾ ਇਹ ਬੰਦਾ। ਠੀਕ ਹੈ। ਤੇ ਨਾਲ ਹੋਰ ਕੌਣ ਸੀਗਾ? ਜੋਏ ਸੈਲਿਸਬਰੀ ਇਹ ਵੀ ਇਹ ਯੂਕੇ ਦਾ ਹੈ। women's ਦਾ double title ਜਿੱਤਿਆ ਜੀ। ਆਦੋ ਹੈਗੀਆਂ ਕੈਨੇਡਾ ਦੇ, ਨਿਊਜ਼ੀਲੈਂਡ ਦੀ ਦੇਖ ਲਿਓ ਇਹਨਾਂ ਨੂੰ। ਕੀ ਦੇਖਣਾ ਰਹਿਣ ਦਿਓ ਚਾਹਨਾ ਵੀ ਦੇ ਨੈਕਸਟ ਆ ਫੀਬਾ ਬਾਸਕਟਬਾਲ ਵਿਸ਼ਵ ਕੱਪ ਕਿਨੇ ਜਿੱਤਿਆ ਇਹ ਵੀ ਬਹੁਤ ਇੰਪੋਰਟੈਂਟ ਹੈ ਜੀ ਬਾਸਕਟਬਾਲ ਦਾ ਵਰਲਡ ਕੱਪ ਹੋਇਆ ਸੀਗਾ ਬਾਸਕਟਬਾਲ ਦਾ ਠੀਕ ਹੈ ਆਪਣੀ ਇੰਡੀਆ ਚ ਘੱਟ ਹੀ ਦੇਖਦੇ ਆ ਬਾਸਕਟਬਾਲ ਨੂੰ ਪਰ ਕੁਐਸਚਨ ਵਾਲੇ ਤਾਂ ਦੇਖਦੇ ਹੀ ਆ ਹਨਾ ਤਾਂ ਬਾਸਕਟਬਾਲ ਦਾ ਵਰਲਡ ਕੱਪ ਕਿਨੇ ਜਿੱਤਿਆ ਫੀਬਾ ਜਿਹੜੀ ਸੰਸਥਾ ਹੈ ਇਹ ਪੂਰੀ ਦੁਨੀਆ ਦੇ ਵਿੱਚ ਬਾਸਕਟਬਾਲ ਨੂੰ ਮੈਨੇਜ ਕਰਦੀ ਹੈ ਜਿਵੇਂ ਫੀਫਾ ਜਿਹੜੀ ਹੈਗੀ ਹੈ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਵਾਲੀ ਆ ਇਹ ਫੁੱਟਬਾਲ ਨੂੰ ਮੈਨੇਜ ਕਰ ਦਈਏ ਪੂਰੀ ਦੁਨੀਆ ਦੇ ਵਿੱਚ ਇਦਾਂ ਹੀ ਫੀਬਾ ਜਿਹੜੀ ਉਹ ਬਾਸਕਟਬਾਲ ਨੂੰ ਮੈਨੇਜ ਕਰ ਦਈਏ ਪੂਰੀ ਦੁਨੀਆ ਦੇ ਵਿੱਚ ਤਾਂ ਇਹਨਾਂ ਦਾ ਜਿਹੜਾ ਵਰਲਡ ਕੱਪ ਸੀਗਾ ਉਹ ਕਿਨੇ ਜਿੱਤਿਆ ਫੀਬਾ ਬਾਸਕਟਬਾਲ ਵਰਲਡ ਕੱਪ ਕਿਨੇ ਜਿੱਤਿਆ ਜਰਮਨੀ ਵਾਲੇ ਸਾਰੇ ਸਹੀ ਐ ਜਰਮਨੀ ਨੇ ਜਿੱਤਿਆ ਕਿਨੇ ਜਿੱਤਿਆ ਬਾਈ ਜਰਮਨੀ ਨੇ ਜਿੱਤਿਆ ਠੀਕ ਐ ਤਾਂ ਇਹ ਬਾਕੀ ਕਿੱਥੇ ਹੋਇਆ ਸੀਗਾ ਪਹਿਲੇ ਵਾਲਾ 1950 ਚ ਹੋਇਆ ਸੀ ਹੋਸਟ ਅਰਜנטיਨਾ ਜਿੱਤਿਆ ਵੀ ਅਰਜנטיਨਾ ਸੀਗਾ ਬੇਸਿਕ ਜੀ ਗੱਲਾਂ ਹੈਗੀਆਂ ਚਲੋ ਗਿਆ ਕੁਛ ਨਹੀਂ ਉਸ ਭਾਰਤੀ ਕ੍ਰਿਕਟ ਖਿਡਾਰੀ ਉਸ ਭਾਰਤੀ ਟੈਨਿਸ ਖਿਡਾਰੀ ਦਾ ਨਾਮ ਦੱਸੋ ਜੋ ਹਾਲ ਹੀ ਵਿੱਚ ਹਾਲ ਹੀ ਵਿੱਚ ਟੂਲਨ ਆਸਟਰੀਆ ਵਿੱਚ ਆਯੋਜਿਤ ਐਨਓ ਓਪਨ 2023 ਵਿੱਚ ਉਪਜੇਤੂ ਰਿਹਾ ਉਪਜੇਤੂ ਮਤਲਬ ਸਮਝ ਗਏ ਨਾ ਰਨਰ ਅਪ ਰਿਹਾ ਯਾਨੀ ਫਾਈਨਲ 'ਚ ਹਾਰਿਆ ਟੈਨਿਸ ਖਿਡਾਰੀ ਹੈ ਬੈਡਮਿੰਟਨ ਵਾਲਾ ਨਹੀਂ ਹੈਗਾ ਟੈਨਿਸ ਖਿਡਾਰੀ ਹੈ ਤਾਂ ਇੱਕ ਟੈਨਿਸ ਦਾ ਟੂਰਨਾਮੈਂਟ ਹੈ ਜੀ ਟੈਨਿਸ ਦਾ ਟੂਰਨਾਮੈਂਟ ਕਿਹੜਾ ਹੈ ਜੀ ਐਨਓ ਓਪਨ ਇਹ ਕਿੱਥੇ ਹੋਇਆ ਐਨਓ ਓਪਨ ਜਿਹੜਾ ਹੁੰਦਾ ਹੈ ਇਹ ਟੂਰਨ ਆਸਟਰੀਆ ਦੇ ਵਿੱਚ ਹੁੰਦਾ ਹੈ ਠੀਕ ਹੈ ਇੱਥੇ ਮੈਨ ਸਿੰਗਲ ਟਾਈਟਲ ਮੈਨ ਸਿੰਗਲ ਟਾਈਟਲ ਕਿਹਨੇ ਜਿੱਤਿਆ ਜਾਂ ਉਪਜੇਤੂ ਕੌਣ ਰਿਹਾ ਆਪਾਂ ਨੂੰ ਤਾਂ ਇੰਡੀਅਨ ਯਾਦ ਰੱਖਣਾ ਤਾਂ ਉਪਜੇਤੂ ਕੌਣ ਰਿਹਾ ਇਹ ਕੁਐਸਚਨ ਹੈ ਤਿੰਨ ਵਾਲੇ ਹੈਗੇ ਤੁਸੀਂ ਸਾਰੇ ਤਿੰਨ ਦੇ ਉੱਤੇ ਕੌਣ ਹੈ ਰੋਹਨ ਬਪੰਨਾ ਸੁਮਿਤ ਨਾਗਲ ਇਸ ਦਾ ਰਾਈਟ ਆਨਸਰ ਸੁਮਿਤ 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 ਨਾਗਲ ਇਸ ਦਾ ਰਾਈਟ ਆਨਸਰ ਹੈ ਹੈਲੋ ਹਾਂ ਬਿਲਕੁਲ 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 ਬਾਸਕਟਬਾਲ ਯੂ ਐਸ ਏ ਦੀ ਨੈਸ਼ਨਲ ਗੇਮ ਹੈ ਕਿ ਬੇਸਬਾਲ ਹੈ ਹਾਂ ਵੀ ਦੱਸੋ ਭਾਈ ਚਲੋ ਨੈਕਸਟ ਆਓ ਪੀ ਐਸ ਸ੍ਰੀ ਧਰਨ ਪਿੱਲਈ ਇਹ ਗੋਆ ਦੇ ਰਾਜਪਾਲ ਹੈ ਕੌਣ ਹੈ ਗੋਆ ਦੇ ਰਾਜਪਾਲ ਇਹਨਾਂ ਨੇ ਡੈਸ ਰਾਸ਼ਟਰੀ ਖੇਡਾਂ ਲਈ ਮਸ਼ਾਲ ਜਿਹੜੀ ਉਹ ਲਾਂਚ ਕੀਤੀ ਹੈ ਤਾਂ ਨੈਸ਼ਨਲ ਗੇਮਾਂ ਹੋਈਆਂ ਜੀ ਇਸ ਸਾਲ ਦੀਆਂ 2023 ਦੀਆਂ ਤੁਹਾਨੂੰ ਪਤਾ ਹੀ ਹੈ ਕਿੱਥੇ ਹੋਈਆਂ ਗੋਆ ਦੇ ਵਿੱਚ ਹੋਈਆਂ ਕਿੱਥੇ ਹੋਈਆਂ ਗੋਆ ਦੇ ਵਿੱਚ ਠੀਕ ਹੈ ਕੈਮੀ ਨੈਸ਼ਨਲ ਗੇਮ ਸੀਗੀ ਬਸ ਆਹ ਕੁਐਸਚਨ ਹੈ ਇਸ ਵਾਰ ਜਿਹੜੀ ਗੋਆ ਦੇ ਵਿੱਚ ਨੈਸ਼ਨਲ ਗੇਮਸ ਹੋਈ ਉਹ ਕੈਮੀ ਨੈਸ਼ਨਲ ਗੇਮ ਸੀ ਇਹ ਕੁਐਸਚਨ ਹੈ ਇੰਪੋਰਟੈਂਟ ਹੈ ਪਹਿਲੀ ਗੱਲ ਤਾਂ ਤੁਸੀਂ ਇਹੀ ਯਾਦ ਰੱਖ ਲਿਓ ਕਿ ਇਸ ਵਾਰ ਦੀ ਨੈਸ਼ਨਲ ਗੇਮਸ ਕਿੱਥੇ ਹੋਈਆਂ ਇਸ ਵਾਰ ਦੀ ਨੈਸ਼ਨਲ ਗੇਮਸ ਹੋਈਆਂ ਗੋਆ ਦੇ ਵਿੱਚ ਤੇ ਕੈਮੀ ਹੋਈਆਂ 73 ਤੁਹਾਡਾ ਸਾਰਿਆਂ ਦਾ ਆਇਆ ਹੋਇਆ ਜੋ ਕਿ ਸਹੀ ਹੈ ਬਿਲਕੁਲ ਠੀਕ ਹੈ ਚਲੋ ਕਿਸ ਭਾਰਤੀ ਤੀਰਅੰਦਾਜ਼ ਨੇ ਤੀਰਅੰਦਾਜ਼ੀ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ਠੀਕ ਹੈ ਯਾਨੀ ਕਿ ਜਿਹੜਾ ਵਰਲਡ ਕੱਪ ਦਾ ਫਾਈਨਲ ਸੀਗਾ ਆਰਚਰੀ ਆਰਚਰੀ ਵਰਲਡ ਕੱਪ ਫਾਈਨਲ ਸੀਗਾ ਉਹਦੇ ਵਿੱਚ ਚਾਂਦੀ ਦਾ ਤਗਮਾ ਜਿਹੜਾ ਉਹ ਜਿੱਤਿਆ ਇਹ ਦੱਸਣਾ ਹੈ ਭਾਈ ਯਾਨੀ ਆਰਚਰੀ ਵਰਲਡ ਕੱਪ ਦੇ ਵਿੱਚ ਆਰਚਰੀ ਵਰਲਡ ਕੱਪ ਆਰਚਰੀ ਮਤਲਬ ਤੀਰਅੰਦਾਜ਼ੀ ਵਰਲਡ ਕੱਪ ਠੀਕ ਹੈ ਇਹਦੇ ਵਿੱਚ ਸਿਲਵਰ ਮੈਡਲ ਜਿੱਤਣ ਵਾਲਾ ਕਿਹੜਾ ਇੰਡੀਅਨ ਹੈ ਸਿਲਵਰ ਮੈਡਲ ਜਿੱਤਣ ਵਾਲਾ ਕਿਹੜਾ ਇੰਡੀਅਨ ਹੈ ਇਹ ਦੱਸੋ ਜੀ ਸਿਲਵਰ ਮੈਡਲ ਜਿੱਤਣ ਵਾਲਾ ਕਿਹੜਾ ਇੰਡੀਅਨ ਹੈ ਪਰਮਤੇਸ਼ ਪਰਮਤੇਸ਼ ਇਜ਼ ਦਾ ਰਾਈਟ ਆਨਸਰ ਠੀਕ ਹੈ ਯਾਦ ਰੱਖਣਾ ਇਸ ਬੰਦੇ ਦਾ ਨਾਮ ਸਿਲਵਰ ਮੈਡਲ ਇਹਦਾ ਆਇਆ ਆਰਚਰੀ ਵਰਲਡ ਕੱਪ ਦੇ ਵਿੱਚ ਕਿਸ ਭਾਰਤੀ ਬੈਡਮਿੰਟਨ ਖਿਡਾਰੀ ਨੇ ਮੈਦਾਨ ਇੰਡੋਨੇਸ਼ੀਆ ਵਿੱਚ ਆਯੋਜਿਤ ਬੀ ਐਨ ਆਈ ਇੰਡੋਨੇਸ਼ੀਆ ਮਾਸਟਰਸ 2023 ਵਿੱਚ ਪੁਰਸ ਸਿੰਗਲ ਦਾ ਖਿਤਾਬ ਜਿੱਤਿਆ ਤਾਂ ਬਈ BNI ਇੰਡੋਨੇਸ਼ੀਆ ਮਾਸਟਰਸ 2023 ਯਾਦ ਰੱਖਣਾ ਹੈ BNI ਇੰਡੋਨੇਸ਼ੀਆ ਮਾਸਟਰਸ ਟੂਰਨਾਮੈਂਟ ਦੇ ਵਿੱਚ ਮੇਲ ਸਿੰਗਲ ਟਾਈਟਲ ਕਿਹਨੇ ਜਿੱਤਿਆ ਇਹ ਬੈਡਮਿੰਟਨ ਦਾ ਟੂਰਨਾਮੈਂਟ ਹੈ ਸ਼ੀਤਲ ਦੇਵੀ ਵਾਲਾ ਕੁਸ਼ਣ ਅੱਗੇ ਆਈਗਾ ਬਈ ਟੈਨਸ਼ਨ ਨਾ ਲਓ ਕਿਰਨ ਜੋਰਜ ਇਸ ਦਾ ਰਾਈਟ ਆਨਸਰ ਠੀਕ ਹੈ ਯਾਦ ਰੱਖਣਾ ਹੈ ਬਈ ਜਿਹੜਾ ਵੀ ਟੂਰਨਾਮੈਂਟ ਓਪਨ ਕੋਈ ਵੀ ਕਿਸੇ ਇੰਡੀਅਨ ਨੇ ਜਿੱਤਿਆ ਹੈ ਬਹੁਤ ਜ਼ਰੂਰੀ ਹੋ ਜਾਂਦਾ ਉਹ ਯਾਦ ਰੱਖਣਾ ਭਾਰਤੀ ਪੁਰਸ਼ ਫੁੱਟਬਾਲ ਟੀਮ ਨੇ ਥਿੰਫੂ ਭਟਾਨ ਵਿੱਚ ਹੋਏ ਫਾਈਨਲ ਵਿੱਚ ਡੈਸ਼ ਨੂੰ ਹਰਾ ਕੇ ਸੈਫ ਅੰਡਰ 16 ਸੈਫ ਅੰਡਰ 16 ਚੈਂਪੀਅਨਸ਼ਿਪ ਜਿਹੜੀ ਹੈ ਉਹ ਜਿੱਤੀ ਹੈ ਤਾਂ ਸਾਊਥ ਏਸ਼ੀਅਨ ਉਹੀ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਦਾ ਠੀਕ ਹੈ ਨਾ ਸਾਊਥ ਏਸ਼ੀਆ ਦੇ ਵਿੱਚ ਜਿੰਨੇ ਵੀ ਦੇਸ਼ ਆਂਦੇ ਆ ਉਹਨਾਂ ਸਾਰਿਆਂ ਦੀ ਫੁੱਟਬਾਲ ਦੀ ਐਸੋਸੀਏਸ਼ਨ ਹੈਗੀ ਹੈ ਫੈਡਰੇਸ਼ਨ ਹੈਗੀ ਹੈ ਠੀਕ ਹੈ ਸੈਫ ਤਾਂ ਸੈਫ ਦੇ ਕਈ ਟੂਰਨਾਮੈਂਟ ਹੁੰਦੇ ਆ ਜਿਵੇਂ ਇਹ ਸਭ ਤੋਂ ਛੋਟਾ ਹੈ ਜੀ ਅੰਡਰ 16 ਫਿਰ ਅੰਡਰ 19 ਅੰਡਰ 21 ਇਦਾਂ ਕਰਕੇ ਇਹ ਬਹੁਤ ਜੇ ਟੂਰਨਾਮੈਂਟ ਕਰਾਂਦੀ ਹੈ ਤਾਂ ਸੈਫ 16 ਜਿਹੜਾ ਹੋਇਆ ਉਹ ਇਸ ਵਾਰ ਕਿੱਥੇ ਹੋਇਆ ਉਹ ਹੋਇਆ ਭੂਟਾਨ ਦੇ ਰਾਜਸਤਾਨੀ ਠਿੰਪੂ ਦੇ ਵਿੱਚ ਠੀਕ ਹੈ ਤੇ ਉਸ ਨੂੰ ਜਿੱਤੇ ਕਿਨੇ ਆ ਆਫਕੋਰਸ ਇੰਡੀਆ ਨੇ ਜਿੱਤੇ ਕਿਨੇ ਜਿੱਤੇ ਆ ਇੰਡੀਆ ਨੇ ਜਿੱਤਿਆ ਤੇ ਫਾਈਨਲ 'ਚ ਹਰਾਇਆ ਕਿਨੂੰ ਹੈ ਫਾਈਨਲ 'ਚ ਕਿਨੂੰ ਹਰਾ ਆਪਾਂ ਨੇ ਹਰਾਇਆ ਬੰਗਲਾਦੇਸ਼ ਨੂੰ ਤਾਂ ਅੰਡਰ 16 ਅੰਡਰ 16 ਤੋਂ ਘੱਟ ਉਮਰ ਦੇ ਖਿਡਾਰੀ ਖੇੜਦੇ ਐ ਇਸ ਟੀਮ ਦੇ ਵਿੱਚ ਤੇ ਕੌਣ ਜਿੱਤੇ ਐ ਇੰਡੀਆ ਵਾਲੇ ਜਿੱਤੇ ਐ ਯਾਦ ਰੱਖਣਾ ਇੰਪੋਰਟੈਂਟ ਐ ਇਸ ਸ਼ੈੱਫ ਵਾਲੇ ਜਿੰਨੇ ਵੀ ਟੂਰਨਾਮੈਂਟ ਐ ਠੀਕ ਐ ਭਾਰਤ ਸਤੰਬਰ 2023 ਵਿੱਚ ਰਿਓ ਡੀ ਜਨੇਰੀਓ ਬ੍ਰਾਜ਼ੀਲ ਵਿੱਚ ਆਯੋਜਿਤ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਰਾਇਫਲ ਪਿਸਟਲ ਵਿਲਡ ਕੱਪ 2023 ਵਿੱਚ ਡੈਸ਼ ਮੈਡਲਾਂ ਦੇ ਨਾਲ ਤਗਮਾ ਸੂਚੀ ਵਿੱਚ ਪੰਜਵੇਂ ਸਥਾਨ ਤੇ ਰਿਹਾ। ਆ ਇੰਟਰਨੈਸ਼ਨਲ ਸਪੋਰਟਸ ਫੈਡਰੇਸ਼ਨ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਹੈ ਜਿਹੜੇ ਮਤਲਬ ਇਹਨਾਂ ਦਾ ਵਰਲਡ ਕੱਪ ਇਹ ਨਹੀਂ ਕਿ ਇੱਕ ਵਾਰ ਚੱਲਿਆ ਤੇ ਖਤਮ ਹੋ ਗਿਆ। ਇਹ ਅਲੱਗ-ਅਲੱਗ ਜਗ੍ਹਾ ਹੁੰਦੇ ਆ। ਪਹਿਲਾਂ ਆਪਾਂ ਨੇ ਦੇਖਿਆ ਬਾਕੂ ਦੇ ਵਿੱਚ ਇਹਨਾਂ ਦੇ ਟੂਰਨਾਮੈਂਟ ਚੱਲੇ ਆ। ਬਾਕੂ ਤੋਂ ਬਾਅਦ ਫੇਰ ਇਹਨਾਂ ਦੇ ਦੇਖੋ ਰਿਓ ਡੀ ਜਨੇਰੀਓ ਬ੍ਰਾਜ਼ੀਲ 'ਚ ਚੱਲੇ ਆ। ਇਹ ਜਿਹੜੇ ਹੈਗੇ ਆ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਾਲੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਾਲੇ ਇਹਨਾਂ ਦਾ ਜਿਹੜਾ ਵਰਲਡ ਕੱਪ ਇੱਕ ਤਰ੍ਹਾਂ ਨਾਲ ਬਹੁ ਤੇ ਹੁਣ ਜਿਹੜਾ ਇਹ ਰਿਓ ਡੀ ਜਨੇਰੀਓ ਬ੍ਰਾਜ਼ੀਲ ਵਿੱਚ ਹੋਇਆ ਇੱਥੇ ਇੰਡੀਆ ਜਿਹੜਾ ਸੀਗਾ ਜੀ 5ਵੇਂ ਰੈਂਕ ਤੇ ਸੀਗਾ ਕਿੰਨੇ ਮੈਡਲਾਂ ਦੇ ਨਾਲ ਇਹ ਕੁਐਸਚਨ ਠੀਕ 골ਡ ਤੇ ਇੱਕ সিলਵਰ ਨਾਲ ਦੂਜੇ ਮਤਲਬ ਦੋ ਮੈਡਲਾਂ ਨਾਲ ਬਿਲਕੁਲ ਇੱਕ ਤੇ 골ਡ ਤੇ ਇੱਕ সিলਵਰ ਦੇ ਨਾਲ ਆਪਾਂ ਰਹੇ ਹਾਂ 5ਵੇਂ ਸਥਾਨ ਤੇ ਠੀਕ ਹੈ ਚਲੋ ਨੈਕਸਟ ਆਓ ਗ੍ਰੇਟਰ ਨੋਇਡਾ ਉੱਤਰ ਪ੍ਰਦੇਸ਼ ਵਿਖੇ ਆਯੋਜਿਤ ਗ੍ਰੇਟਰ ਨੋਇਡਾ ਉੱਤਰ ਪ੍ਰਦੇਸ਼ ਵਿਖੇ ਆਯੋਜਿਤ ਇੰਡੀਅਨ ਆਇਲ ਗ੍ਰਾਂ ਪ੍ਰੀ ਆਫ ਇੰਡੀਆ ਯਾਨੀ ਮੋਟੋ ਜੀਪੀ ਭਾਰਤ 2023 ਦਾ ਐਡੀਸ਼ਨ ਹੈ ਜਿਹੜਾ ਉਹ ਕਿਨੇ ਜਿੱਤਿਆ ਇਹ ਬਹੁਤ ਇੰਪੋਰਟੈਂਟ ਹੈ ਅਜੀ ਹਾ ਇੰਡੀਆ ਚ ਪਹਿਲੀ ਵਾਰ ਹੋਇਆ ਸੀਗਾ ਠੀਕ ਹੈ ਨੋਇਡਾ ਦੇ ਵਿੱਚ ਨਾ ਯੂਪੀ ਦੇ ਵਿੱਚ ਜਗਾ ਨੋਇਡਾ ਉੱਥੇ ਹੈਗਾ ਇੰਟਰਨੈਸ਼ਨਲ ਬੁੱਧ ਸਰਕਟ ਕਾਰਾਂ ਦੀ ਰੇਸਾਂ ਵਗੈਰਾ ਦੀ ਜਿਹੜੀ ਗੇਮਾਂ ਇੱਥੇ ਹੋ ਸਕਦੀ ਹੈ ਇੰਟਰਨੈਸ਼ਨਲ ਬੁੱਧ ਸਰਕਟ ਹੈਗਾ ਜੀ ਬੁੱਧ ਸਰਕਟ ਠੀਕ ਹੈ ਇੰਟਰਨੈਸ਼ਨਲ ਬੁੱਧ ਸਰਕਟ ਠੀਕ ਹੈ ਐਫ 1 ਕਾਰਾਂ ਦੀ ਰੇਸਾਂ ਵਗੈਰਾ ਇੱਥੇ ਹੁੰਦੀਆਂ ਤਾਂ ਇੱਥੇ ਇਸ ਵਾਰ ਹੋਈ ਸੀਗੀ ਜੀ ਮੋਟੋ ਜੀਪੀ ਮੋਟੋ ਜੀਪੀ ਮੋਟਰਸਾਈਕਲ ਦੀ ਠੀਕ ਹੈ ਮੋਟੋ ਜੀਪੀ ਤੇ ਇਹਦੇ ਵਿੱਚ ਐਮਬੈਸਡਰ ਕੌਣ ਸੀ ਉਹ ਕੌਣ ਸੀਗਾ ਜੀ ਸਪான்ਸਰ ਇੰਡੀਅਨ ਆਇਲ ਇਹ ਵੀ ਯਾਦ ਰੱਖ ਲੈਣਾ ਤੁਸੀਂ ਇੰਡੀਅਨ ਆਇਲ ਪਹਿਲੀ ਵਾਰ ਹੋਈ ਹੈ ਇਹ ਵੀ ਯਾਦ ਰੱਖਣਾ ਹੈ ਉਦਘਾਟਨ ਐਡੀਸ਼ਨ ਸੀਗਾ ਨਾ ਤਾਂ ਪਹਿਲੀ ਵਾਰ ਹੋਈ ਹੈ ਇਹ ਵੀ ਯਾਦ ਰੱਖਣਾ ਹੈ ਸਮਝ ਗਏ ਕੀ ਕੀ ਚੀਜ਼ਾਂ ਯਾਦ ਰੱਖਣ ਦੀ ਹੈ ਕਿ ਨੋਇਡਾ ਉੱਤਰ ਪ੍ਰਦੇਸ਼ ਦੇ ਵਿੱਚ ਮੋਟੋ ਜੀਪੀ ਹੋਈ ਹੈ ਕੀ ਹੋਈ ਹੈ ਮੋਟੋ ਜੀਪੀ ਫਸਟ ਟਾਈਮ ਹੋਈ ਹੈ ਠੀਕ ਹੈ ਸਪான்ਸਰ ਇੰਡੀਅਨ ਆਇਲ ਠੀਕ ਹੈ ਜਿੱਤੀ ਕੀ ਨਹੀਂ ਹੈ ਇਹ ਦੱਸਣਾ ਹੈ ਜਿੱਤੀ ਕੀ ਨਹੀਂ ਹੈ ਮਾਰਕੋ ਨੇ ਹੈ ਓਕੇ ਚਲੋ ਦੇਖ ਲੈਣੇ ਹੈ ਮਾਰਕੋ ਨੇ ਜਿੱਤੀ ਹੈ ਕਿ ਨਹੀਂ ਜਿੱਤੀ ਹੈ ਬਿਲਕੁਲ ਮਾਰਕੋ ਵਿਜੇਚੀ ਜੋ ਹੈ ਇਸ ਨੇ ਜਿੱਤੀ ਹੈ ਸੁਪਰ ਇੰਪੋਰਟੈਂਟ ਹੈ ਇਹ ਯਾਦ ਰੱਖ ਲਿਓ ਬਈ ਪਹਿਲਾ ਟੂਰਨਾਮੈਂਟ ਸੀਗਾ ਜਿਹੜਾ ਇੰਡੀਆ ਦੇ ਵਿੱਚ ਹੋਇਆ ਹੈ ਨੋਇਡਾ ਦੇ ਵਿੱਚ ਕਿਸ ਭਾਰਤੀ ਬੈਡਮਿੰਟਨ ਖਿਡਾਰੀ ਨੇ ਸਪੌਕ ਨੇ ਯੂਐਸਏ ਵਿੱਚ ਆਯੋਜਿਤ ਬੈਡਮਿੰਟਨ ਵਿਸ਼ਵ ਫੈਡਰੇਸ਼ਨ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਬ੍ਰੌਂਜ਼ ਮੈਡਲ ਦਿੱਤੇ ਆ ਬਹੁਤ ਇੰਪੋਰਟੈਂਟ ਹੈ ਜੀ ਬੈਡਮਿੰਟਨ ਵਰਲਡ ਫੈਡਰੇਸ਼ਨ ਬਡਬੀਡਬੀਐਫ ਇਹ ਸੰਸਥਾ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ ਬੈਡਮਿੰਟਨ ਨੂੰ ਮੈਨੇਜ ਕਰਨ ਵਾਲੀ ਪੂਰੀ ਦੁਨੀਆ ਦੇ ਵਿੱਚ ਬੈਡਮਿੰਟਨ ਨੂੰ ਮੈਨੇਜ ਕਰਦੀ ਹੈ ਬਡਬੀਐਫ ਇਹਨਾਂ ਦੁਆਰਾ ਵਰਲਡ ਜੂਨੀਅਰ ਚੈਂਪੀਅਨਸ਼ਿਪ ਕਰਵਾਈ ਗਈ ਵਰਲਡ ਜੂਨੀਅਰ ਚੈਂਪੀਅਨਸ਼ਿਪ ਹੈ ਜਿਹੜੀ ਉਹ ਕਰਵਾਈ ਗਈ ਵਰਲਡ ਜੂਨੀਅਰ ਚੈਂਪੀਅਨਸ਼ਿਪ ਤੇ ਇਹਦੇ ਵਿੱਚ ਬ੍ਰੌਂਜ਼ ਮੈਡਲ ਕਿਹਦਾ ਆਇਆ ਇਹਦੇ ਵਿੱਚ ਬ੍ਰੌਂਜ਼ ਮੈਡਲ ਕਿਹਦਾ ਆਇਆ ਇਹ ਕੁਐਸਚਨ ਹੈ ਕਿਉਂਕਿ ਆਪਣੇ ਇੰਡੀਆ ਦਾ ਹੈ ਇਸ ਕਰਕੇ ਆਪਾਂ ਨੇ ਯਾਦ ਰੱਖਣਾ ਹੈ आयुष सेठी आयुष सेठी ਦਾ ਆਇਆ आयुष सेठी ਦਾ ਆਇਆ ਠੀਕ ਹੈ ਚਲੋ ਨੈਕਸਟ ਆਓ ਜੀ ਭਾਰਤ ਵਿੱਚ 올림픽 ਵੈਲਿਊਜ਼ ਐਜੂਕੇਸ਼ਨ ਪ੍ਰੋਗਰਾਮ OVEP ਨੂੰ ਪ੍ਰਮੋਟ ਕਰਨ ਦੇ ਲਈ ਅੰਤਰਰਾਸ਼ਟਰੀ 올림픽 ਕਮੇਟੀ ਜਿਹੜੀ ਹੈਗੀ ਹੈ ਅਤੇ 올림픽 ਮਿਊਜ਼ੀਅਮ ਦੇ ਨਾਲ ਇੱਕ ਨਵੇਂ ਸਮਝੌਤੇ ਤੇ ਕਿਸ ਨੇ ਹਸਤਾਖਸ਼ ਕਰੇ ਹੈ ਤਾਂ ਬਈ ਕੁੱਲਮ ਲਾ ਕੇ ਗੱਲ ਹੀ ਆ ਇੰਟਰਨੈਸ਼ਨਲ 올림픽 ਕਮੇਟੀ ਨੇ ਇੰਟਰਨੈਸ਼ਨਲ 올림픽 ਕਮੇਟੀ ਤੇ ਹੋਰ 올림픽 ਦੇ ਨਾਲ ਜੁੜੀ ਸੰਸਥਾ ਨੇ ਇੰਡੀਆ ਦੇ ਵਿੱਚ ਕਿਹ ਕਿਹ ਨਾਲ ਕਿਹਨਾਂ ਦੇ ਨਾਲ ਸਮਝੋਤਾ ਕਰਿਆ ਕਿਨਾਂ ਦੇ ਨਾਲ ਐਮਓਯੂ ਕਰਿਆ ਤਾਂ ਕਿ ਇੰਡੀਆ ਦੇ ਵਿੱਚ ਹੋਰ ਥੋੜਾ ਪ੍ਰਮੋਟ ਕਰਿਆ ਜਾ ਸਕੇ 올림픽 ਨੂੰ ਯਾ ਸਪੋਰਟਸ ਨੂੰ ਤਾਂ ਇੱਕ ਬਹੁਤ ਸਿੰਪਲ ਹੈ ਸਾਰਿਆਂ ਦਾ ਆ ਗਿਆ ਹੁਣ ਰਿਲਾਈਐਂਸ ਬਿਲਕੁਲ ਰਿਲਾਈਐਂਸ ਫਾਊਂਡੇਸ਼ਨ ਤੇ ਇਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਵੀ ਮੁੰਬਈ ਦੇ ਵਿੱਚ ਹੋਈ ਸੀ ਠੀਕ ਹੈ ਅੱਗੇ ਹੈਸ਼ ਹੈ ਇਸ ਬਾਰੇ ਅੱਗੇ ਆਏਗਾ ਕੁਐਸਚਨ ਕੋਈ ਗੱਲ ਨਹੀਂ ਚਾਈਨਾ ਓਪਨ 2023 ਵਿੱਚ ਪੁਰਸ਼ ਸਿੰਗਲ ਟਾਈਟਲ ਦਾ ਖਿਤਾਬ ਕਿਸ ਨੇ ਜਿੱਤਿਆ ਚਾਈਨਾ ਓਪਨ ਚਾਈਨਾ ਓਪਨ ਚਾਈਨਾ ਓਪਨ ਦੇ ਵਿੱਚ ਮੇਲ ਸਿੰਗਲ ਟਾਈਟਲ ਤਾਂ ਇਹ ਜਿੱਤਿਆ ਹੈ ਜੀ ਜੈਨਿਕ ਸਿਨਰ ਨੇ ਇੰਪੋਰਟੈਂਟ ਹੈ ਯਾਦ ਰੱਖ ਲਿਓ ਭਾਈ ਫਿਰ ਫੀਮੇਲ ਓਪਨ ਦਾ ਟਾਈਟਲ ਇਹ ਵੀ ਯਾਦ ਰੱਖ ਲਿਓ ਇਹ ਜਿੱਤਿਆ ਇਗਾ ਸਵੈਤਿਕ ਨੇ ਠੀਕ ਹੈ ਦੋਨੇ ਇੰਪੋਰਟੈਂਟ ਹੈ ਟੈਨਿਸ ਦੀ ਗੱਲ ਹੈ ਇਹ ਬੈਡਮਿੰਟਨ ਨਹੀਂ ਹੈ ਟੈਨਿਸ 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 ਠੀਕ ਹੈ ਚਲੋ ਨੈਕਸਟ ਆਓ ਪਾਰਤੀ ਟੀਮ ਨੇ ਫਾਈਨਲ ਵਿੱਚ ਕਿਸ ਦੇਸ਼ ਨੂੰ ਹਰਾ ਕੇ ਯੁਵਾ ਵਰਗ ਵਿੱਚ ਚੈਦੀਆਂ ਲਈ ਤੀਜੀ ਇੰਟਰਕੰਟੀਨੈਂਟਲ ਆਨਲਾਈਨ ਸਤਰੰਜ ਚੈਂਪੀਅਨਸ਼ਿਪ ਜਿੱਤੀ ਠੀਕ ਹੈ ਇਹ ਦੱਸੋ ਬਈ ਇੰਟਰਕੰਟੀਨੈਂਟਲ ਆਨਲਾਈਨ ਚੈਸ ਚੈਂਪੀਅਨਸ਼ਿਪ ਸੀਗੀ ਤੀਜੀ ਆ ਕਿਨੇ ਜਿੱਤੀ ਹੈ ਜਿੱਤੀ ਤਾਂ ਇੰਡੀਆ ਨੇ ਹਰਾਇਆ ਕਿਨੂੰ ਹੈ ਹਰਾਇਆ ਕਿਨੂੰ ਹੈ ਇਹ ਦੱਸੋ ਅੱਜ ক্রিকেট ਰਿਲੇਟਡ ਕੋਈ ਕੁਐਸਚਨ ਨਹੀਂ ਆਇਆ ਜੀ ਆ ਜਾਏਗਾ ਕਿਉਂ ਗੁੱਸਾ ਕਰ ਰਹੇ ਹੋ ਅਜੀਗਾ 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 ਚਲੋ ਸਰਬੀਆ ਅਬੂਦਾਬੀ ਮਾਸਟਰ 2023 ਵਿੱਚ ਪੁਰਸ਼ ਸਿੰਗਲ ਦਾ ਟਾਈਟਲ ਕਿਹਨੇ ਜਿੱਤਿਆ ਅਬੂਦਾਬੀ ਮਾਸਟਰਸ 2023 men single ਟਾਈਟਲ ਕਿਹਨੇ ਜਿੱਤਿਆ ਇਹ ਜਿੱਤਿਆ ਮੈਟਸ ਕਿਸਟੋਫਰਸਨ ਨੇ ਦੇ ਊਮਨਸ ਟਾਈਟਲ ਉਨਤੀ ਹੁੱਡਾ ਸੁਪਰ ਇੰਪੋਰਟੈਂਟ ਬਈ ਊਮਨ ਸਿੰਗਲ ਟਾਈਟਲ ਅਬੂਦਾਬੀ ਮਾਸਟਰ ਦੇ ਵਿੱਚ ਯਾਦ ਰੱਖਣਾ ਹੀ ਰੱਖਣਾ ਇਹ ਸਿੰਗਲ ਟਾਈਟਲ ਕਿਸੇ ਇੰਡੀਅਨ ਨੇ ਜਿੱਤਿਆ ਹੈ ਉਨਤੀ ਹੁੱਡਾ ਡੈਫੀਨੇਟਲੀ ਤੁਹਾਨੂੰ ਪੇਪਰ 'ਚ ਪੁੱਛਿਆ ਜਾਏਗਾ ਯਾਦ ਰੱਖਣਾ ਹੀ ਰੱਖਣਾ ਮਾਰ ਕਰ ਲੋ ਪੱਕਾ ਪੁੱਛਿਆ ਜਾਏਗਾ ਠੀਕ ਹੈ ਜਿਹੜੇ ਆਨਲਾਈਨ ਪੇਪਰ ਹੋਣਗੇ ਉਹਨਾਂ ਦੇ ਵਿੱਚ ਪੱਕਾ ਇਹ ਤੁਹਾਨੂੰ ਪੁੱਛਿਆ ਜਾਏਗਾ ਉਨਤੀ ਹੁੱਡਾ ਕੁਐਸਚਨ ਇਹ ਵੀ ਆ ਸਕਦਾ ਹੈ ਉਨਤੀ ਹੁੱਡਾ ਕਿਹੜੀ ਗੇਮ ਖੇਡਦੀ ਹੈ ਠੀਕ ਹੈ ਓਕੇ ਅਬੂ ਧABI ਮਾਸਟਰਸ ਦੇ ਵਿੱਚ ਊਮੈਨਸ ਡਬਲ ਵੀ ਕਿਹਨੇ ਜਿੱਤਿਆ ਊਮੈਨਸ ਡਬਲ ਜਿੱਤਿਆ ਇਹਨਾਂ ਨੇ ਯਾਨੀ ਸਿੰਗਲ ਵੀ ਆਪਣਾਇਆ ਉਨਤੀ ਹੁੱਡਾ ਨੇ ਸਿੰਗਲ ਟਾਈਟਲ ਜਿੱਤਿਆ ਡਬਲ ਟਾਈਟਲ ਇਹਨਾਂ ਨੇ ਜਿੱਤਿਆ ਵੀ ਤਨੀਸ਼ਾ ਕ੍ਰੈਸਟੋ ਤੇ ਅਸ਼ਵਨੀ ਪੁਨਪਾ ਇਹ ਵੀ ਇੰਡੀਆ ਦੇ ਹੈਗੇ ਆ ਠੀਕ ਹੈ ਯਾਨੀ ਕਿ ਯਾਨੀ ਕਿ ਸਿੰਗਲ ਟਾਈਟਲ ਵੀ ਊਮਨਸ ਦੇ ਵਿੱਚ ਤੇ ਡਬਲ ਟਾਈਟਲ ਵੀ ਆਪਣੇ ਕੋਲ ਹੀ ਆਇਆ ਊਮਨਸ ਦੇ ਵਿੱਚ ਸਿੰਗਲ ਟਾਈਟਲ ਵੀ ਤੇ ਊਮਨਸ ਦੇ ਵਿੱਚ ਡਬਲ ਟਾਈਟਲ ਵੀ ਦੋਨੇ ਯਾਦ ਰੱਖਣਾ ਓਕੇ ਦੋਨੇ ਯਾਦ ਰੱਖਣੇ ਆ ਬਈ ਚਲੋ ਫਿਰ ਨੈਕਸਟ ਆ ਕਿਸ ਨੇ ਹਾਲ ਹੀ ਵਿੱਚ ਫਾਰਮੂਲਾ 1 ਸੰਯੁਕਤ ਰਾਸ਼ ਸੰਯੁਕਤ ਰਾਜ ਗ੍ਰਾਂ ਪ੍ਰੀ 2023 ਜਿੱਤਿਆ ਹੈ ਅਤੇ ਐਫ 1 ਵਿੱਚ ਆਪਣੇ ਕੈਰੀਅਰ ਦੀ 50ਵੀਂ ਜਿੱਤ ਜਿਹੜੀ ਉਹ ਪ੍ਰਾਪਤ ਕਰੀ ਹੈ ਤਾਂ F1 F1 ਫਾਰਮੂਲਾ 1 ਰੇਸਾਂ ਕਾਰਾਂ ਦੀ ਰੇਸਾਂ ਜੀ ਠੀਕ ਹੈ ਉਹਦੇ ਵਿੱਚ ਯੂਐਸ ਗ੍ਰਾਂ ਪ੍ਰੀ ਜਿੱਤੀ ਹੈ ਸੰਯੁਕਤ ਰਾਜ ਰਾਜ ਯਾਨੀ ਸੰਯੁਕਤ ਰਾਸ਼ਟਰ ਯਾਨੀ ਯੂਐਸਏ ਯਾਰ ਅਮਰੀਕਨ ਇਹ ਕਿਨੇ ਜਿੱਤੀ ਹੈ ਅਤੇ ਆਪਣੇ ਕਰੀਅਰ ਦੀ 50ਵੀਂ ਜਿੱਤ ਦਰਜ ਕਰੀ ਹੈ ਬਾਈ ਇਹ ਆਪਾਂ ਕਰ ਚੁੱਕੇ ਹਾਂ ਜਦੋਂ ਆਪਾਂ ਨੇ ਸਪੋਰਟਸ ਦੀ ਪਹਿਲੀ ਗਲਾਸ ਲਾਈ ਸੀ ਨਾ ਮੈਕਸ ਤੁਹਾਨੂੰ ਕਿਹਾ ਸੀਗਾ ਨਾ ਇਸ ਸਾਲ ਦੀ ਜਿੰਨੀ ਵੀ ਗ੍ਰਾਂ ਪ੍ਰੀ ਹੋਈਆਂ ਉਹਨਾਂ ਦੇ ਵਿੱਚੋਂ ਤਿੰਨ ਕੱਢ ਦੋ ਸਿੰਗapore ਵਾਲੀ ਕੱਢ ਦੋ ਠੀਕ ਹੈ ਜੀ ਤੇ ਸਾਊਦੀ ਅਰਬ ਤੇ ਅਜ਼ਰਬੈਜਾਨ ਬਾਕੀ ਸਾਰੀ ਕਿਹਨੇ ਜਿੱਤੀ ਹੈ ਸਾਰੀ ਦੀ ਸਾਰੀ ਜਿੱਤੀ ਹੈ ਮੈਕਸ ਨੇ ਕਿਹਨੇ ਜਿੱਤੀ ਹੈ ਸਾਰੀ ਦੀ ਸਾਰੀ ਮੈਕਸ ਨੇ ਜਿੱਤੀ ਹੈ ਠੀਕ ਹੈ 22 ਦੇ ਵਿੱਚੋਂ 19 ਜਿੱਤ ਗਿਆ 22 ਦੇ ਵਿੱਚੋਂ 19 19 ਜਿੱਤਿਆ ਨਾ ਇੱਕ ਕੈਂਸਲ ਵੀ ਹੋਈ ਸੀਗੀ ਓਕੇ ਚਲੋ ਇਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਦੀ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ ਇੰਟਰਨੈਸ਼ਨਲ 올림픽 ਕਮੇਟੀ ਦੀ ਉਹ ਮੁੰਬਈ ਦੇ ਵਿੱਚ ਹੋਈ ਸੀ ਕਿੱਥੇ ਮੁੰਬਈ ਯਾਦ ਰੱਖਣਾ ਤੁਹਾਨੂੰ ਪੁੱਛਿਆ ਜਾਏਗਾ ਇੰਟਰਨੈਸ਼ਨਲ 올림픽 ਕਮੇਟੀ ਜਿਹੜੀ 올림픽 ਨੂੰ ਮੈਨੇਜ ਕਰਦੀ ਹੈ ਉਹਨਾਂ ਦੀ ਇਸ ਵਾਰ ਕੈਮੀ ਮੀਟਿੰਗ ਹੋਈ ਤੇ ਕਿੱਥੇ ਹੋਈ 141ਵਾਂ ਸੈਸ਼ਨ ਸੀਗਾ ਬਈ ਕਿੱਥੇ ਹੋਇਆ ਮੁੰਬਈ ਦੇ ਵਿੱਚ ਇਹ ਵੀ ਯਾਦ ਰੱਖਣਾ ਤੇ ਇਹ ਵੀ ਯਾਦ ਰੱਖਣਾ ਇੱਥੇ ਕਿਹਾ ਗਿਆ ਕਿ ਆਹ ਨਾਲੇ 올림픽 ਦੇ ਵਿੱਚ ਆਪਾਂ 5 ਨਵੀਆਂ ਗੇਮਾਂ ਐ ਜਿਹੜੀ ਉਹ ਐਡ ਕਰਨਗੇ 5 ਨਵੀਆਂ ਗੇਮਾਂ 올림픽 ਦੇ ਵਿੱਚ ਜਾਣਗੀ ਬਈ ਜਿਵੇਂ T20 ਕ੍ਰਿਕਟ ਹੋ ਗਿਆ ਸੌਫਟਬਾਲ بیسਬਾਲ ਫਲੈਗ ਫੁੱਟਬਾਲ ਠੀਕ ਹੈ ਜੀ ਲੈਕਰੋਸਿਸ ਐਂਡ ਸਪੈਸ ਇਹ ਗੇਮ ਐ ਜਿਹੜੀ ਐਡ ਹੋਣਗੀ ਆ ਤੇ ਰਿਕਵੈਸਟ ਉਹ ਯਾਦ ਆਇਆ ਇਹਨੂੰ ਤਾਂ ਖੇਲੋ ਇੰਡੀਆ ਦੇ ਵਿੱਚ ਵੀ ਐਡ ਕਰਿਆ ਗਿਆ ਖੇਲੋ ਇੰਡੀਆ ਗੇਮ ਦੇ ਵਿੱਚ ਵੀ ਇਸ ਨੂੰ ਐਡ ਕਰਿਆ ਗਿਆ ਠੀਕ ਹੈ ਤੇ ਇੱਥੇ ਹੀ ਜਿਹੜੀ ਇੰਟਰਨੈਸ਼ਨਲ 올림픽 ਕਮੇਟੀ ਸੀ ਉਹਨਾਂ ਨੇ ਰਸ਼ੀਅਨ 올림픽 ਕਮੇਟੀ ਨੂੰ ਸਸਪੈਂਡ ਕਰਤਾ ਠੀਕ ਹੈ ਕਿਉਂਕਿ ਉਹਨਾਂ ਨੇ 올림픽 ਚਾਰਟਰ ਦੀ ਉਲੰਘਣਾ ਕੀਤੀ ਹੈ 올림픽 ਚਾਰਟਰ ਦੀ ਉਹਨਾਂ ਨੇ ਕੀ ਕਰੀ ਹੈ ਉਲੰਘਣਾ કરી ਹੈ ਇਸ ਕਰਕੇ ਇਹਨਾਂ ਨੇ ਰਸ਼ੀਅਨ 올림픽 ਕਮੇਟੀ ਨੂੰ ਸਸਪੈਂਡ ਕਰਤਾ ਕੁਛ ਨਹੀਂ ਰਸ਼ੀਆ ਦੀ ਵਾਰ ਚੱਲੀ ਹੋਈ ਹੈ ਯੂਕਰੇਨ ਨਾਲ ਨਾ ਇਸ ਕਰਕੇ ਠੀਕ ਹੈ ਯਾਦ ਰੱਖਣਾ 141ਵਾਂ ਸੈਸ਼ਨ ਸੀਗਾ ਮੁੰਬਈ ਦੇ ਵਿੱਚ ਹੋਇਆ ਰਿਲੇਂਸ ਨਾਲ ਨਾਲ ਸਮਝੋਤਾ ਹੋਇਆ ਕ੍ਰਿਕਟ ਨੂੰ ਐਡ ਕਰਿਆ ਗਿਆ ਮੈਂ ਤਾਂ ਕ੍ਰਿਕਟ ਸੀਗਾ ਨਿਊਜ਼ ਦੇ ਵਿੱਚ ਜਿਹੜਾ ਐ ਵੀ ਕ੍ਰਿਕਟ ਐਡ ਹੋ ਗਿਆ 올림픽 ਦੇ ਵਿੱਚ ਠੀਕ ਹੈ ਇਹ ਸਾਰੀ ਗੱਲਾਂ ਹੈਗੀ ਆ ਤੇ ਰਸ਼ੀਅਨਸ ਨੂੰ ਉਹ ਕਰਿਆ ਗਿਆ ਸਸਪੈਂਡ ਕਰਿਆ ਗਿਆ ਨੈਕਸਟ ਆਓ ਜੀ ਆਸਟ੍ਰੇਲੀਆ ਦੀ ਕਿਹੜੀ ਸਟੇਟ ਨੇ 2026 ਦੇ ਜਿਹੜੇ ਕਾਮਨਵੈਲਥ ਗੇਮਸ ਹੋਣੀ ਸੀਗੀ ਉੱਥੇ ਹੋਣੀ ਸੀ ਉਹਨਾਂ ਨੇ ਹੋਸਟ ਕਰਨ ਤੋਂ ਮਨਾਂ ਕਰਤਾ ਕਿ ਆਪਣੇ ਕੋਲ ਪੈਸੇ ਨਹੀਂ ਹੈਗੇ ਬਈ ਠੀਕ ਹੈ ਆਪਣੇ ਕੋਲ ਪੈਸੇ ਨਹੀਂ ਹੈ ਕਿਤੇ ਹੋਰ ਕਰੋ ਜਾ ਕੇ ਠੀਕ ਹੈ ਤਾਂ ਇਹ ਦੱਸੋ ਕਾਮਨਵੈਲਥ ਗੇਮ ਹੈ ਜਿਹੜੀ 2022 ਚ ਹੋਈ ਸੀ ਬਰਮਿੰਗਮ ਦੇ ਵਿੱਚ 2022 ਚ ਕਿੱਥੇ ਹੋਈ ਸੀਗੀ ਬਰਮਿੰਗਮ ਦੇ ਵਿੱਚ ਹੋਈ ਸੀਗੀ ਯੂਕੇ ਦੇ ਵਿੱਚ 2026 ਵਾਲੀ ਹੋਣੀ ਸੀਗੀ ਇੱਥੇ ਆਸਟ੍ਰੇਲੀਆ ਦੀ ਇੱਕ ਸਟੇਟ ਦੇ ਵਿੱਚ ਉਹ ਮੁਕਰ ਗਏ ਬਈ ਕਹਿੰਦੇ ਆਪਾਂ ਨਹੀਂ ਕਰਾਂਦੇ ਦੱਸੋ ਕੌਣ ਹੈ ਵਿਕਟੋਰੀਆ ਵਾਲੇ ਆ ਬਿਲਕੁਲ ਬਈ ਵਿਕਟੋਰੀਆ ਵਾਲੇ ਹੈਗੇ ਆ ਇੱਥੇ ਹੋਣੀ ਸੀ ਇਹਨਾਂ ਨੇ ਮਨਾ ਕਰਤੀ ਵੀ ਆਪਾਂ ਨਹੀਂ ਕਰਾ ਸਕਦੇ ਕਾਮਨਵੈਲਥ ਗੇਮਸ ਨੈਕਸਟ ਆਓ ਜੀ ਕਿਸ ਭਾਰਤੀ ਗ੍ਰੈਂਡਮਾਸਟਰ ਨੇ ਹੰਗਰੀ ਵਿੱਚ ਸੁਪਰ ਜੀਐਮ ਟੂਰਨਾਮੈਂਟ ਜਿੱਤਿਆ ਸਤਰੰਜ ਦਾ ਇਹ ਆਪਾਂ ਕਰ ਚੁੱਕੇ ਹਾਂ ਗਲਤ ਨਹੀਂ ਹੋਣਾ ਚਾਹੀਦਾ ਕਿਸੇ ਦਾ ਇਸੇ ਕਲਾਸ 'ਚ ਆਪਾਂ ਨਹੀਂ ਕਰਿਆ ਸਤਰੰਜ ਦਾ ਸੁਪਰ ਗ੍ਰੈਂਡਮਾਸਟਰ ਸਤਰੰਜ ਟੂਰਨਾਮੈਂਟ ਹੁੰਦਾ ਹੈ ਹੰਗਰੀ ਬੁਡਾਪੈਸਟ ਦੇ ਵਿੱਚੋਂ ਆਇਆ ਸੀਗਾ ਕਿਸ ਨੇ ਜਿੱਤਿਆ ਬਸ ਕੋਸਨੀ ਕਰਨਾ ਥੋੜੇ ਜੇ ਰਹਿ ਗਏ ਇਹ ਹੈਗਾ ਬੰਦਾ ਆਰ ਪ੍ਰਗਨੰਦਾ ਕੋਣ ਹੈ ਆਰ ਪ੍ਰਗਨੰਦਾ ਨੈਕਸਟ ਆਓ ਜੀ ਉੱਤਰੀ ਚੈਨਲ ਨੂੰ ਪਾਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਕੌਣ ਬਣਿਆ ਤਾਂ ਇਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਹੈ ਜੀ ਜਿਸ ਨੇ ਨਾਰਥ ਚੈਨਲ ਨੂੰ ਕਰੋਸ ਕਰਿਆ ਤੈਰ ਕੇ ਨਾਰਥ ਚੈਨਲ ਨੂੰ ਕੌਣ ਹੈ ਬੰਦਾ ਬਿਲਕੁਲ ਜੀ ਬਿਲਕੁਲ ਆਯੂਸ਼ਮਾਨ ਝਿੰਗਰਨ ਕੌਣ ਹੈ ਆਯੂਸ਼ਮਾਨ ਨੈਕਸਟ ਆਓ ਕਿਸ ਖੇਡ ਚੈਨਲ ਨੇ FIFA ਮਹਿਲਾ ਵਰਲਡ ਕੱਪ 2023 ਦਾ ਪ੍ਰਸਾਰਣ ਕਰਨ ਲਈ ਸਟੇਡੀਆ 1 ਨਾਲ ਭਾਈਵਾਲੀ ਕੀਤੀ ਹੈ ਜਾਂ ਕੀਤੀ ਸੀ ਇਹ ਤਾਂ ਪੁਰਾਣੇ ਹੋ ਗਏ ਨੇ ਕੁਐਸਚਨ ਠੀਕ ਹੈ ਤਾਂ FIFA ਮਹਿਲਾ ਵਰਲਡ ਕੱਪ ਕਿਨੇ ਜਿੱਤਿਆ ਇਹ ਦੱਸੋ ਕਿਉਂਕਿ ਆਪਾਂ ਕਰਕੇ ਆਏ ਆ ਇਸੇ ਵੀਡੀਓ ਦੀ ਜੇ ਆਪਾਂ ਨਹੀਂ ਕਰਿਆ ਇਸੇ ਕਲਾਸ 'ਚ ਕਰਿਆ ਕਿ ਇਹ ਕਿਨੇ ਜਿੱਤਿਆ ਦੱਸੋ ਠੀਕ ਹੈ ਤੇ ਇਹ ਵਰਲਡ ਕਪ FIFA ਮਹਿਲਾ ਵਰਲਡ ਕਪ 2023 ਹੋਇਆ ਕਿੱਥੇ ਸੀਗਾ ਹੋਸਟ ਕਿਹਨੇ ਕਰਿਆ ਹੋਸਟ ਕਰਿਆ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਜਿੱਤਣ ਵਾਲੀ ਕੌਣ ਹੈ ਇਹ ਦੱਸੋ ਤੇ ਇਹਦਾ ਇੰਡੀਆ ਦੇ ਵਿੱਚ ਪ੍ਰਸਾਰਣ DD Sports ਨੇ ਕਰਿਆ ਸੀਗਾ ਠੀਕ ਹੈ DD Sports ਵਾਲੇ ਸਾਰੇ ਸਹੀ ਹੈ ਠੀਕ ਹੈ ਨੈਕਸਟ ਆਓ ਜੀ ਭਾਰਤੀ ਸਰਫ ਟੀਮ ਨੇ ਏਸ਼ੀਅਨ ਸਰਫਿੰਗ ਚੈਂਪੀਅਨਸ਼ਿਪ ਵਿੱਚ ਕਿਹੜਾ ਮੈਡਲ ਜਿੱਤਿਆ ਸਰਫ ਉਹ ਜਿਹੜੇ ਆਪਾਂ ਕਰਦੇ ਹਾਂ ਸਮੁੰਦਰ ਦੇ ਵਿੱਚ ਉਹ ਫੱਟਾ ਜਿ ਲੈ ਕੇ ਏਦਾਂ ਲਹਿਰਾਂ ਦੇ ਉੱਤੇ ਕਰਦੇ ਆ ਉਹ ਵਾਲੀ ਚੈਂਪੀਅਨਸ਼ਿਪ ਠੀਕ ਹੈ ਨਾ ਹਾਂਜੀ ਤਾਂ ਇੰਡੀਅਨ ਸਰਫ ਟੀਮ ਨੇ ਏਸ਼ੀਅਨ ਸਰਫਿਕ ਚੈਂਪੀਅਨ ਦੇ ਵਿੱਚ ਕਿਹੜਾ ਮੈਡਲ ਦਿੱਤਿਆ ਬਿਲਕੁਲ ਭਾਈ ਬਿਲਕੁਲ 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 ਆਸਟ੍ਰੇਲੀਆ ਨਿਊਜ਼ੀਲੈਂਡ ਨੇ ਹੋਸਟ ਕਰਾਇਆ ਸੀ ਸਪੇਨ ਨੇ ਜਿੱਤਿਆ ਪਹਿਲਾ ਟਾਈਟਲ ਸੀਗਾ ਸਪੇਨ ਦਾ ਠੀਕ ਹੈ ਓਕੇ ਇੱਥੇ ਰਾਈਟ ਆਨਸਰ ਹੈ ਬ੍ਰੌਂਜ਼ ਕਿਹਨੇ ਜਿੱਤਿਆ ਬ੍ਰੌਂਜ਼ ਨੇ ਨੈਕਸਟ ਆਓ ਜੀ ਏਸ਼ੀਅਨ ਚੈਂਪੀਅਨ ਟ੍ਰੋਫੀ ਹਾਕੀ ਦੀ ਜਿਹੜੀ ਹੋਈ ਸੀਗੀ ਜੀ ਏਸ਼ੀਅਨ ਚੈਂਪੀਅਨਸ ਟਰੋਫੀ ਚੇਨਈ ਦੇ ਵਿੱਚ ਹੋਈ ਸੀ 2023 ਦੇ ਵਿੱਚ ਹਾਕੀ ਦੀ ਕਿਹਨੇ ਜਿੱਤੀ ਹੈ ਦੱਸੋ ਹਾਕੀ ਦੀ ਕਿਹਨੇ ਜਿੱਤੀ ਹੈ Winner ਕੌਣ ਹੈ ਮੈਂ ਤੁਹਾਨੂੰ ਕਰਾ ਚੁੱਕਿਆ ਐਸੇ ਕਲਾਸ ਕਰਕੇ ਆਏ ਆ ਜਿਆਦਾ ਪਿੱਛੇ ਜਾਣ ਦੀ ਲੋੜ ਵੀ ਨਹੀਂ ਉਸ ਦਾ ਮਸਕਟ ਦਾ ਨਾਮ ਕੀ ਸੀ ਠੀਕ ਹੈ ਮਸਕਟ ਦਾ ਨਾਮ ਤਾਂ ਉਹ ਮਸਕਟ ਇੱਕ এলিਫੈਂਟ ਸੀਗਾ ਜੀ ਉਹ ਮਸਕਟ ਇੱਕ ਕੀ ਸੀਗਾ এলিਫੈਂਟ ਠੀਕ ਹੈ ਓਕੇ ਨਾਮ ਕੀ ਸੀਗਾ ਇਹਦਾ ਨਾਮ ਸੀਗਾ ਬੋਮਨ ਨਾਮ ਕੀ ਸੀਗਾ ਬੋਮਰ ਇੱਕ এলিਫੈਂਟ ਸੀਗਾ ਜੀ ਕੀ ਸੀਗਾ ਇੱਕ এলিਫੈਂਟ ਆ ਫੋਟੋ ਹੈਗੀ ਐ winner ਦੱਸੋ ਜੀ ਏਸ਼ੀਆਨ ਚੈਂਪੀਅਨ ਟ੍ਰੋਫੀ ਚ ਇੰਨੀ ਦਾ winner 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 ਕੋਣ ਹੈ ਹੁਣੇ ਕਰਕੇ ਆਏ ਆ ਇਸੇ ਕਲਾਸ ਦੇ ਵਿੱਚ winner ਇੰਡੀਆ ਆਫਕੋਰਸ ਇੰਡੀਆ ਜੀ ਇੰਡੀਆ 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 ਜਿੱਤਿਆ ਠੀਕ ਹੈ ਚਲੋ ਨੈਕਸਟ ਵਿਰਾਟ ਕੋਹਲੀ 500 ਇੰਟਰਨੈਸ਼ਨਲ ਮੈਚ ਖੇਡਣ ਵਾਲਾ ਦੁਨੀਆ ਦਾ ਕੈਮਾ క్రికెਟਰ ਬਣ ਚੁੱਕਿਆ ਹੈ ਤਾਂ ਪੂਰੀ ਦੁਨੀਆ ਦੇ ਵਿੱਚ 500 ক্রিকেট ਮੈਚ ਖੇਡਣ ਵਾਲੇ ਕੁਝ ਗਿਨੇ ਚੁਣੇ ਜੇ ਬੰਦੇ ਹੀ ਹੈਗੇ ਆ ਵਿਰਾਟ ਕੋਹਲੀ ਉਹਨਾਂ ਦੇ ਵਿੱਚੋਂ ਇੱਕ ਹੈ ਬਈ ਤੇ ਕੈਮੇ ਨੰਬਰ ਦਾ ਬੰਦਾ ਹੈ ਇਹ ਦੱਸਣਾ 500 ਇੰਟਰਨੈਸ਼ਨਲ ਮੈਚ ਖੇਡਣ ਵਾਲਾ ਵਿਰਾਟ ਕੋਹਲੀ ਦੁਨੀਆ ਦਾ ਕੈਮਾ ਬੰਦਾ ਬਣ ਚੁੱਕਿਆ ਹੈ। ਮਤਲਬ ਕੈਮਾ క్రికెਟਰ ਬਣ ਚੁੱਕਿਆ ਹੈ। ਆਈ ਮੀਨ ਟੂ ਸੇ 10ਵਾਂ। ਅੱਛਾ। ਠੀਕ ਹੈ ਫਿਰ। 10ਵਾਂ క్రికెਟਰ ਹੈ। ਆ ਹੈਗੇ ਆ ਜੀ ਉਹ ਬੰਦੇ ਜਿਹੜੇ ਵਿਰਾਟ ਕੋਹਲੀ ਤੋਂ ਜ਼ਿਆਦਾ ਖੇਡ ਚੁੱਕਿਆ। ਸਚਿਨ ਤੰਦੁਲਕਰ 664 ਮੈਚ ਖੇਡ ਚੁੱਕਿਆ ਜੀ ਇੰਟਰਨੈਸ਼ਨਲ। ਠੀਕ ਹੈ। ਦੂਜੇ ਨੰਬਰ ਤੇ ਮਹਿਲਾ ਜੈ ਵਰਦਨੇ 652 ਤੇ ਜੇਤੇ ਕੁਮਾਰ ਸੰਘਾਕਰ 500 ਤਾਂ 600 ਤੋਂ ਉੱਪਰ ਤਾਂ ਦੋ ਹੀ ਹੈ ਬਾਈ ਇੱਕ ਸ਼੍ਰੀਲੰਕਾ ਦਾ ਮਹਿਲਾ ਜੈਵਰਦ ਨੇ ਤੇ ਇੱਕ ਇੰਡੀਆ ਦਾ ਸਚਿਨ ਤੰਦੂਲਕਰ ਫਿਰ ਸਨਤ ਜੈਸੂਰੀਆ ਹੋ ਗਿਆ ਇੰਡੀਆ ਦਾ ਹੀ ਹੈ ਵੀ ਰਿੱਕੀ ਪੌਂਟਿੰਗ ਆਸਟ੍ਰੇਲੀਆ ਦਾ ਹੋ ਗਿਆ 560 ਐਮ ਐਸ ਧੋਨੀ 538 ਸਹੀਦ ਅਫਰੀਦੀ ਪਾਕਿਸਤਾਨ 524 ਜੈਕ ਕਾਲਿਸ ਇਹ ਸਾਊਥ ਅਫਰੀਕਾ ਦਾ ਹੈ ਨਾ 519 ਰਾਹੁਲ ਦ੍ਰਾਵਿੜ ਇੰਡੀਆ ਦਾ ਹੈ 509 ਤੇ ਹੁਣ ਬਾਈ ਵਿਰਾਟ ਕੋਹਲੀ ਹੁਣ ਜਲਦੀ ਹੀ ਇਹਨੂੰ ਵੀ ਕਰ ਦੋਗਾ ਕ੍ਰੋਸ ਇਹਨੂੰ ਵੀ ਹੈ ਨਾ ਇੱਥੇ ਤੱਕ ਤਾਂ ਪਹੁੰਚ ਜਾਊਗਾ ਚਲੋ ਕੋਈ ਗੱਲ ਨਹੀਂ ਆ ਜੋ ਵੀ ਹੈ ਯਾਦ ਰੱਖਣਾ ਠੀਕ ਹੈ ਵਿਰਾਟ ਕੋਹਲੀ ਨੇ ਆਪਣਾ ਜਿਹੜਾ 500ਵਾਂ ਇੰਟਰਨੈਸ਼ਨਲ ਮੈਚ ਖੇਡਿਆ ਉਹ ਕਿਹੜੇ ਦੇਸ਼ ਦੇ ਖਿਲਾਫ ਖੇਡਿਆ ਇਹ ਦੱਸੋ ਜਿਹੜਾ ਇਹਨੇ 500ਵਾਂ ਆਪਣਾ ਮੈਚ ਖੇਡਿਆ ਇੰਟਰਨੈਸ਼ਨਲ ਆਹ ਕਿਹੜੇ ਦੇਸ਼ ਦੇ ਖਿਲਾਫ ਖੇਡਿਆ ਹੈ ਆ ਪਹਿਲੇ ਤੇ ਸਚੀਨ ਐ ਯਾਦ ਰੱਖਣਾ ਵੈਸਟ ਇੰਡੀਜ਼ ਵਾਲੇ ਸਾਰੇ ਸਹੀ ਹੈ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਵੈਸਟ ਇੰਡੀਜ਼ ਠੀਕ ਹੈ ਸਾਰੇ ਸਹੀ ਹੈ ਵੈਸਟ ਇੰਡੀਜ਼ ਵਾਲੇ ਸਾਰੇ ਸਹੀ ਹੈ ਓਕੇ ਠੀਕ ਹੈ ਬਾਈ ਸੁਪਰ ਇੰਪੋਰਟੈਂਟ ਕੋਰੀਆ ਓਪਨ 2023 ਦੇ ਵਿੱਚ ਕੋਰੀਆ ਓਪਨ 2023 ਦੇ ਵਿੱਚ ਜਿਹੜਾ ਹੋਇਆ ਉਸ ਦੇ ਵਿੱਚ ਡਬਲ ਟਾਈਟਲ ਕਿਹਨੇ ਜਿੱਤਿਆ ਤਾਂ ਇਹ ਆਪਣੀ ਉਹੀ ਜੋੜੀ ਹੈ ਜੀ ਸਤਵਿਕ ਸਾਈ ਰਾਜ ਕਰਨਿਕਾ ರೆಡ್ಡಿ ਤੇ चिराग शेट्टी सुपर डुपर ਇੰਪੋਰਟੈਂਟ ਤੁਹਾਨੂੰ ਡਾਇਰੈਕਟ ਪੁੱਛਿਆ ਜਾ ਸਕਦਾ ਹੈ ਕੋਰੀਆਈ ਓਪਨ 2023 ਦੇ ਵਿੱਚ ਮੈਨਸ ਡਬਲ ਟਾਈਟਲ ਕਿਹਨੇ ਜਿੱਤਿਆ ਤੁਹਾਨੂੰ ਮੈਂ ਪਹਿਲੇ ਵੀ ਕਿਹਾ ਬੈਡਮਿੰਟਨ ਦੇ ਵਿੱਚ ਜੇ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਮੈਨਸ ਡਬਲ ਟਾਈਟਲ ਕਿਹਨੇ ਜਿੱਤਿਆ ਤੇ অপਸ਼ਨ ਦੇ ਵਿੱਚ ਇਹਨਾਂ ਦਾ ਨਾਮ ਹੈ ਤੁੱਕਾ ਪਾਸੇ ਤੇ ਮਾਰ ਸਕਦੇ ਕੋਈ ਦਿੱਕਤ ਨਹੀਂ ਠੀਕ ਹੈ ਯਾਦ ਰੱਖਣਾ ਹੈ ਬਈ ਅੰਡਰਸਟੈਂਡ ਪੱਕਾ ਤੇ ਇਸ ਵਾਰ ਦੇ ਉਹ ਹੈਗੇ ਹੀ ਐ ਰਾਜੀਵ ਗਾਂਧੀ ਖੇਲਰਤਨ ਪ੍ਰਾਪਤ ਕਰਦਾ ਹੈ ਨਾ ਰਾਕੇਸ਼ ਅਤੇ ਸ਼ਰੀਤਾ ਹੈਗੇ ਆ ਬਈ ਇਹਨਾਂ ਨੇ ਜਿਹੜੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਸੀਗੀ वर्ल्ड ਚੈਂਪੀਅਨਸ਼ਿਪ ਉਹਦੇ ਵਿੱਚ 골ਡ ਮੈਡਲ ਜਿੱਤਿਆ ਕਿਹਨੇ ਜਿੱਤਿਆ ਇੱਕ ਰਾਕੇਸ਼ ਨੇ ਤੇ ਇੱਕ ਸ਼ਰੀਤਾ ਨੇ ਇਹਦੇ ਬਾਰੇ ਵੀ ਯਾਦ ਰੱਖ ਲਿਓ ਪੁੱਛਿਆ ਜਾ ਸਕਦਾ ਹੈ ਠੀਕ ਹੈ ਤੀਰਅੰਦਾਜ਼ੀ ਵਰਲਡ ਕੱਪ ਦੇ ਵਿੱਚ ਭਾਰਤ ਦਾ ਪਹਿਲਾ 골ਡ ਮੈਡਲ ਇਹਨਾਂ ਨੂੰ ਮਿਲਿਆ ਸੀਗਾ ਰਾਕੇਸ਼ ਤੇ ਸ਼ਰੀਤਾ ਨੂੰ ਤੇ ਵਿਸ਼ਵ ਪੈਰਾ 3 ਤੀਰੰਦਾਜ਼ੀ ਟੂਰਨਾਮੈਂਟ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਜਿਹੜੀ ਬਾਹਰ ਰਹਿਤ ਤੀਰੰਦਾਜ਼ ਹੈ ਉਹ ਕੌਣ ਹੈ ਤੇ ਰੀਸੈਂਟਲੀ ਇਹਨੂੰ ਵੀ ਅਰਜੁਨ ਅਵਾਰਡ ਵੀ ਮਿਲਿਆ ਬਹੁਤ ਵੱਡੀ ਗੱਲ ਹੈਗੀ ਹੈ ਠੀਕ ਹੈ ਅਰਜੁਨ ਅਵਾਰਡ ਵੀ ਇਹਨਾਂ ਨੂੰ ਮਿਲਿਆ ਤੇ ਜੰਮੂ ਕਸ਼ਮੀਰ ਤੋਂ ਹੈ ਕਿੱਥੋਂ ਹੈ ਜੰਮੂ ਕਸ਼ਮੀਰ ਤੋਂ ਠੀਕ ਹੈ ਕੀ ਨਾਮ ਹੈਗਾ ਨਾਮ ਹੈਗਾ ਜੀ ਹਾਂ ਜੀ ਆਇਆ ਸਾਰਿਆਂ ਦਾ ਬਿਲਕੁਲ ਆਏਗਾ शीतल देवी ओके ठीक है चलो ठीक है ਤਾਂ ਯਾਦ ਰੱਖਣਾ ਹੈ ਇਸ ਬਾਰੇ ਅਰਜੁਨ ਨੂੰ ਅਵਾਰਡ ਮਿਲਿਆ ਇਸ ਵਾਰ ਤੀਰ ਅੰਦਾਜ਼ੀ ਦੇ ਵਿੱਚ ਠੀਕ ਹੈ ਬਈ ਤਾਂ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਤੇ ਬਾਕੀ ਦੇ ਜਿੰਨੇ ਵੀ ਸਪੋਰਟਸ ਦੇ ਕੁਐਸਚਨ ਰਹਿ ਗਏ ਆ ਚਲੋ ਆਪਾਂ ਇਦਾਂ ਕਰ ਲੈਂਦੇ ਆ ਜੇ ਤੁਸੀਂ ਬੋਰ ਹੋ ਗਏ ਜ਼ਿਆਦਾ ਕੱਲੋਂ ਆਪਾਂ এনवायरमेंट ਕਰ ਲਾਂਗੇ ਕਿਆ ਚੱਕਰ ਕਰਨੇ ਤਾਂ ਸਾਰੇ ਹੀ ਆ ਇੱਕ ਦੋ ਦਿਨ ਇਨਵਾਇਰਨਮੈਂਟ ਕਰ ਲਾਂਗੇ ਉਸ ਤੋਂ ਬਾਅਦ ਦੁਬਾਰੇ ਫੇਰ ਸਪੋਰਟਸ ਕਰ ਲਾਂਗੇ ਕਿਆ ਚੱਕਰ ਦੱਸੋ ਬਈ ਕੱਲੋ এনवायरमेंट ਕਰੀਏਗਾ ਫਿਰ ਹਨਾ ਤੇ ਬਾਕੀ ਬਈ ਜੋ ਵੀ ਸਟੂਡੈਂਟ ਹੈਗੇ ਆਂ ਤਿਆਰੀ ਕਰ ਰਹੇ ਆਂ ਤਾਂ ਇਹ ਆਪਣਾ ਪੰਜਾਬ ਸਿਲੈਕਸ਼ਨ ਬੈਚ ਆ ਇਹਦੇ ਨਾਲ ਜੁੜਜੋ ਬਈ ਠੀਕ ਹੈ ਤੇ ਇਹ ਆਪਣੀ ਟੈਸਟ ਸੀਰੀਜ਼ ਹੈ ਇਹਦੇ ਨਾਲ ਵੀ ਜੁੜ ਸਕਦੇ ਆਂ ਇਹ ਅਲੱਗ ਤੋਂ ਵੀ ਮਿਲ ਜਾਂਦੀ ਹੈ ਬਹੁਤ ਇੰਪੋਰਟੈਂਟ ਹੈਗੀ ਹੈ ਜੀਕੇ ਦੇ ਬਹੁਤ ਸਾਰੇ ਕੁਐਸਚਨ ਤੁਹਾਨੂੰ ਇਹਦੇ ਵਿੱਚ ਮਿਲਣਗੇ ਪ੍ਰੀਵੀਅਸ ইয়ার ਪੇਪਰ ਮਿਲਣਗੇ 트리플 ਐਸ ਬੋਰਡ ਦੇ ਸਾਰੇ ਠੀਕ ਹੈ ਤੇ ਪੰਜਾਬ ਸਿਲੈਕਸ਼ਨ ਬੈਚ ਦੇ ਵਿੱਚ ਤੁਹਾਨੂੰ ਸਾਰੀ ਕਲਾਸਾਂ ਮਿਲਦੀਆਂ ਥਿਉਰੀ ਵਾਈਜ਼ ਤੇ ਐਮਸੀਕਿਊ ਵਾਈਜ਼ ਵੀ ਹੌਲੀ ਹੌਲੀ ਕਰਕੇ ਠੀਕ ਹੈ ਪੀਡੀਐਫ ਮਿਲਦੀ ਹੈ ਜੀ ਸਾਰੀ ਪ੍ਰਿੰਟ ਆਊਟ ਕਢਾ ਕੇ ਪੜ ਸਕਦੇ ਹੋ ਤੁਹਾਨੂੰ ਕਿਸੇ ਹੋਰ ਸਰਸ ਤੇ ਡਿਪੈਂਡ ਰਹਿਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਪੰਜਾਬ ਸਿਲੈਕਸ਼ਨ ਬੈਚ ਨਾਲ ਜੁੜੇ ਹੋਈਆਂ ਠੀਕ ਹੈ ਟੈਸਟਰੀ ਜਿਵੇਂ ਦੇ ਵਿੱਚ ਮਿਲ ਜਾਂਦੀ ਹੈ ਓਕੇ ਠੀਕ ਹੈ ਜੀ ਓਕੇ ਤਾਂ ਇਹ ਯਾਦ ਰੱਖਣਾ ਹੈ ਬਈ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਵੀ ਹੈ ਸਟੂਡੈਂਟ ਨਵੇਂ ਤੇ ਹੁਣ ਮੈਥ ਦੀ ਕਲਾਸ ਹੈ ਸਵਾ 12 ਵਜੇ ਮੈਥ ਦੀ ਕਲਾਸ ਹੈ ਸਵਾ 12 ਵਜੇ ਠੀਕ ਹੈ ਤਾਂ ਉਹ ਸਾਰਿਆਂ ਨੇ ਜਰੂਰ ਲਗਾਨੀ ਹੈ ਬਹੁਤ ਵਧੀਆ ਮਤਲਬ ਤੁਸੀਂ ਪਤਾ ਨਹੀਂ ਇਧਰ ਉਧਰ ਕਿੱਥੇ ਧੱਕੇ ਖਾਈ ਜਾਂਦੇ ਹੋ ਯਾਰ ਦੀਪ ਸਰ ਤੋਂ ਵਧੀਆ ਮੈਥ ਪੰਜਾਬ 'ਚ ਕੋਈ ਨਹੀਂ ਕਰਾ ਰਿਹਾ ਇਹ ਰਿਐਲਿਟੀ ਹੈ ਠੀਕ ਹੈ ਤੇ ਉਹਨਾਂ ਦੀ ਪਹਿਲੇ ਹੀ ਕਲਾਸਾਂ ਜਿਹੜੀ ਪਈਆਂ ਸਾਰੀ ਉਹ ਦੇਖੋ ਠੀਕ ਹੈ ਚੈਨਲ ਦੇ ਉੱਤੇ ਪਈਆਂ ਸਾਰੀ ਦੀ ਸਾਰੀ ਸਰ ਪਹਿਲਾਂ ਸਪੋਰਟਸ ਕੰਪਲੀਟ ਕਰਾ ਦਿਓ ਠੀਕ ਹੈ ਫਿਰ ਕੱਲ ਨੂੰ ਆਪਾਂ ਸਪੋਰਟਸ ਹੀ ਕਰਾਂਗੇ ਰਹਿਣ ਦਿੰਦੇ ਆ ਪਾਈ ਕੱਲ ਦੀ ਕਲਾਸ ਹੋ ਰਿਹਾ ਸਪੋਰਟਸ ਦੀ ਫਿਰ ਕੱਲ ਦੀ ਕਲਾਸ ਆਏ ਆਪਾਂ ਲੰਬਾ ਵੀ ਕਰ ਸਕਦੇ ਹਾਂ ਕੋਈ ਚੱਕਰ ਨਹੀਂ ਹੈਗੀ ਹਨਾ 11:00 ਤੱਕ ਚਲਾ ਲਾਂਗੇ ਅੱਛਾ ਗੇਮ ਓਵਰ ਦਾ ਹੈਸ਼ਟੈਗ ਲਾਇਆ ਕਰੋ ਠੀਕ ਹੈ ਓਕੇ ਇਹੀ ਕੰਪਲੀਟ ਹੋਣ ਤੋਂ ਬਾਅਦ ਠੀਕ ਹੈ ਬਈ ਇਹ ਕੰਪਲੀਟ ਕਰਕੇ ਫਿਰ ਆਪਾਂ ਸ਼ੁਰੂ ਕਰਦੇ ਆਂ ਤਾਂ ਓਕੇ